ਕਾਫੀ ਲੋਕੀ ਤੁਸੀਂ ਦੇਖਿਆ ਵੀ ਹੋਏਗਾ ਚਾਹੇ ਸਰੀਰ ਪਤਲਾ ਹੁੰਦਾ ਹੈ ਲੇਕਿਨ ਪੇਟ ਹੀ ਅੱਗੇ ਫੁੱਲਿਆ ਹੁੰਦਾ ਔਰ ਪੁਰਾਣੇ ਜ਼ਮਾਨੇ 'ਚ ਦੇਖਿਓ ਸੀ ਅਧੂ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਬਿਲਕੁਲ ਫਲੈਟ ਬੈਲੀ ਹੁੰਦੀ ਸੀ ਲੇਕਿਨ ਹੁਣ ਮੈਕਸਿਮਮ ਲੋਕੀ ਦੇਖੋ ਚਾਹੇ ਲੇਡੀਜ਼ ਨੇ ਚਾਹੇ ਜੈਂਟਸ ਨੇ ਇਵਨ ਕੇ ਬੱਚੇ ਵੀ ਦੇਖੋ ਕਿ ਪੇਟ ਉਹਨਾਂ ਦਾ ਫੁੱਲਿਆ ਹੁੰਦਾ ਵੋ ਸਾਰੇ ਕਨਫਿਊਜ਼ ਕਰਦੇ ਨੇ ਕਿ ਬਲੋਟਿੰਗ ਐਗਜੈਕਟਲੀ ਹੈ ਕੀ ਹੈ ਕਿ ਕਹਿੰਦੇ ਰੋਟੀ ਖਾਧੀ ਹੈ ਤੇ ਮੇਰਾ ਪੇਟ ਇੱਕਦਮ ਫੁੱਲ ਜਾਂਦਾ ਹੈ ਕੁਝ ਖਾਣੇ ਖਾਣਦੇ ਕਿ ਮੈਕਸिमम ਇਹ ਕੰਪਲੇਂਟ ਇਹ ਖਾਣਾ ਖਾਣੇ ਦੇ ਬਾਅਦ ਹੀ ਪੇਟ ਫੁੱਲਦਾ ਹੈ ਹੈਨਾ ਕਈ ਲੋਕ ਕਹਿੰਦੇ ਨੇ ਕਿ ਖਾਣਾ ਖਾਣ ਤੋਂ ਬਾਅਦ ਮੇਰੇ ਤਜਾਬ ਬਣਦਾ ਕਈ ਕਹਿੰਦੇ ਨੇ ਮੇਰੇ ਗੈਸ ਬਣਦੀ ਹੈ ਕਈ ਕਹਿੰਦੇ ਨੇ ਬਲੋਟਿੰਗ ਹੁੰਦੀ ਹੈ ਇਹ ਸਾਰੀਆਂ ਤਿੰਨੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਜੀ ਪਰ ਮੈਂ ਵੀ ਦੇਖਿਆ ਕਿ ਉਹਨਾਂ ਨੂੰ ਜ਼ਿਆਦਾ ਹੁੰਦੇ ਜਿਨ੍ਹਾਂ ਨੂੰ ਸਟ੍ਰੈਸ ਜ਼ਿਆਦਾ ਰਹਿੰਦੀ ਹੈ ਜਿਨ੍ਹਾਂ ਦੇ ਲਈ ਸਟ੍ਰੈਸ ਵੀ ਕੌਜ਼ ਹੈ ਬਹੁਤ ਵੱਡਾ ਕੌਜ਼ ਹੈ ਸਟ੍ਰੈਸ ਹੀ ਕਹਿੰਦਾ ਕਿ 60% ਕੌਜ਼ ਸਟ੍ਰੈਸ ਹੀ ਹੈ ਹੈ ਕਿਨ ਉਹ ਲੋਕ ਕਿ ਜਨਾ ਦੈਟ ਸਟੋਮਿਕ ਵਿੱਚ ਐਸਿਡ ਘੱਟ ਹੁੰਦਾ ਥੋੜਾ ਹੁੰਦਾ ਜਿਆਦਾ ਨਹੀਂ ਹੁੰਦਾ ਉਹ ਚੀਜ਼ਾਂ ਜਿਹੜੀਆਂ ਭਾਰੀਆਂ ਹੈਵੀ ਨੇ ਔਰ ਡਾਈਜੈਸਟ ਨਹੀਂ ਕਰ ਸਕਦੀਆਂ ਜਿਸੇ ਉਹ ਨਹੀਂ ਅਗਰ ਅੰਡਾਈਜੈਸਟਡ ਫੂਡ ਜਿਹੜਾ ਉਹ ਥੱਲੇ ਚਲਾ ਜਾਂਦਾ ਸਟੋਮਿਕ ਵਿੱਚ ਲਿ ਸ਼ੁਰੂ ਹੀ ਹੋਇਆ ਹੈਗਾ ਕੈਂਸਰ ਜਿਹਦਾ ਪੋਲਿਸ ਬਣ ਜਾਂਦੇ ਨੇ ਅੰਦਰ ਹੈਨਾ ਔਰ ਕੋਲਨ ਦੇ ਵਿੱਚ ਪੋਲਿਸ ਬਣ ਜਾਂਦੇ ਥੋੜੇ ਥੋੜੇ ਉਹ ਕਈ ਵਾਰੀ ਕਹਿੰਦੇ ਨਹੀਂ ਨਹੀਂ ਉਹ ਡਾਕਟਰ ਡਾਕਟਰ ਕਹਿੰਦੇ ਸੀ ਥੋੜੇ ਜਿਹਾ ਸਾੜ ਦਿਓ ਜਾਂ ਉਹ ਕੱਟ ਦਿੰਦੇ ਨੇ ਤੇ ਠੀਕ ਹੋ ਗਿਆ ਪਰ ਉਹ ਕੱਟ ਨੂੰ ਨਹੀਂ 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 ਉਹ ਰਹਿੰਦਾ ਹੀ ਉੱਥੇ ਸਾਂਝਾ ਟੀਵੀ ਦੇਖਣ ਵਾਲੇ ਸੋਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਸਿਹਤ ਨਾਲ ਸੰਬੰਧਿਤ ਕੁਝ ਗੱਲਾਂ ਬਾਤਾਂ ਕਰਨੀਆਂ ਨੇ ਜੇ ਜਾਨ ਹੈ ਤਾਂ ਜਹਾਨ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਨੂੰ ਸੰਭਾਲਣਾ ਬੜਾ ਲਾਜ਼ਮੀ ਹੈ ਕੰਮ ਕਰ ਅਸੀਂ ਬਥੇਰੇ ਕੀਤੇ ਅਤੇ ਬਥੇਰੇ ਕਰ ਲੈਣੇ ਪਰ ਇਹ ਹੋਣਗੇ ਤਾਂ ਜੇ ਅਸੀਂ ਤੰਦਰੁਸਤ ਰਹਾਂਗੇ ਦੁਨੀਆ ਦੇ ਉੱਤੇ ਜੇਕਰ ਸਭ ਤੋਂ ਕੀਮਤੀ ਕੋਈ ਤੋਹਫ਼ਾ ਜਾਂ ਨਿਆਮਤ ਹੈ ਤਾਂ ਉਹ ਤੰਦਰੁਸਤੀ ਹੈ ਤੰਦਰੁਸਤੀ ਨਾਲ ਦਾ ਕੋਈ ਵੀ ਗਹਿਣਾ ਇਨਸਾਨ ਕੋਲ ਨਹੀਂ ਹੈ ਤੰਦਰੁਸਤ ਕਿਵੇਂ ਰਿਹਾ ਜਾਵੇ ਇਸ ਮਸਲੇ ਨੂੰ ਲੈ ਕੇ ਅਸੀਂ ਅੱਜ ਗੱਲਬਾਤ ਕਰਾਂਗੇ ਤੇ ਅੱਜ ਸਾਡੇ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਦੌਰਾਨ ਸ਼ਿਰਕਤ ਕਰਨਗੇ ਐਡਵਾਂਸ ਦੀ ਨੁਮਖਸ ਤੋਂ ਡਾਕਟਰ ਨਿਸ਼ਾ ਡੋਗਰਾ ਜੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੁਹਾਨੂੰ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਸਕਰੀਨ ਦੇ ਉੱਤੇ ਉਹਨਾਂ ਦੇ ਨੰਬਰ ਵੀ ਡਿਸਪਲੇ ਕੀਤੇ ਜਾਣਗੇ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕੋਗੇ ਪਰ ਕੁਝ ਇੱਕ ਖਾਸ ਬਿਮਾਰੀਆਂ ਦੇ ਮੁਤਲਕ ਅੱਜ ਦੇ ਪ੍ਰੋਗਰਾਮ ਦੌਰਾਨ ਅਸੀਂ ਡਿਸਕਸ਼ਨ ਕਰਾਂਗੇ ਉਮੀਦ ਰਹੇਗੀ ਕਿ ਤੁਹਾਨੂੰ ਪਸੰਦ ਆਵੇਗਾ ਆਓ ਸਭ ਤੋਂ ਪਹਿਲਾਂ ਡਾਕਟਰ ਨਿਸ਼ਾ ਡੋਗਰਾ ਉਹਨਾਂ ਦਾ ਸਵਾਗਤ ਕਰੀਏ ਡਾਕਟਰ ਜੀ ਜੀ ਅਨ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੈਨਿਪਾਲ ਜੀ ਔਰ ਪ੍ਰੋਗਰਾਮ ਦੇਖਣ ਵਾਲੇ ਹਰ ਸਾਰਿਆਂ ਨੂੰ ਮੇਰੀ ਨਿਗ੍ਹੀ ਜਾਈ ਸਤਿ ਸ੍ਰੀ ਅਕਾਲ ਨਮਸਕਾਰ ਡਾਕਟਰ ਨਿਸ਼ਾ ਡੋਗਰਾ ਪਹਿਲੀ ਤਾਂ ਗੱਲ ਇਹ ਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਅੱਜ ਤੁਸੀਂ ਸਾਨੂੰ ਸਮਾਂ ਦਿੱਤਾ ਤੁਸੀਂ ਕਾਫੀ ਰੁੱਝੇ ਹੋਏ ਸੀ ਕੋਵਿਡ ਵੀ ਸੀ ਕੋਵਿਡ ਵੀ ਐ ਸੀ ਔਰ ਵੈਸੇ ਵੀ ਜਿਹੜਾ ਹੈ ਕਿ ਪ੍ਰੀਕਾਸ਼ਨਸ ਲੈਣੀਆਂ ਸੀ ਕਹਿੰਦੇ ਸਟੇ ਹੋਮ ਸਟੇ ਸੇਫ ਤੇ ਸਟੂਡੀਓ 'ਚ ਅਸੀਂ ਪਹਿਲੀ ਵਾਰ ਹੀ ਆਏ ਆ ਉਹ ਤੁਸੀਂ ਇਨਵਾਈਟ ਕੀਤਾ ਹੈ ਥੈਂਕ ਯੂ ਵੈਰੀ ਮਚ ਬਿਲਕੁਲ ਵੈਲਕਮ ਅੱਛਾ ਮੈਨੂੰ ਹੁਣ ਇਹ ਦੱਸਿਓ ਬਹੁਤ ਸਾਰੇ ਲੋਕ ਨੇ ਜੀ ਆਮ ਜੀ ਸ਼ਿਕਾਇਤ ਆ ਕਿਉਂਕਿ ਆਪਾਂ ਖਾਣਾ ਸਾਰਿਆਂ ਨੇ ਜੀ ਕਈ ਵਾਰੀ ਬਹੁਤੋਂ ਤਾਂ ਜ਼ਿਆਦਾ ਭੁੱਖ ਵੀ ਲੱਗਦੀ ਹੈ ਮੇਰੇ ਵਰਗੇ ਨੂੰ ਘੱਟ ਲੱਗਦੀ ਹੈ ਸਰੀਰ ਤੇ ਸਰੀਰ ਤੋਂ ਪਤਾ ਲੱਗ ਜਾਂਦਾ ਜੀ ਹਾਂਜੀ ਮੈਨੂੰ ਜ਼ਿਆਦਾ ਲੱਗਦੀ ਹੈ ਮੈਂ ਕੀ ਆ ਤਾਂ ਨਹੀਂ ਕਰੋ ਖੈਰ ਹਾਂਜੀ ਕਿਸੇ ਨੂੰ ਭੁੱਖ ਵੱਧ ਲੱਗੇ ਘੱਟ ਲੱਗੇ ਹਾਂਜੀ ਕਈ ਖਾਂਦੇ ਆ ਉਹਨਾਂ ਨੂੰ ਢਿੱਡਾ ਫਰਿਆ ਫਰਿਆ ਜਿਹਾ ਲੱਗਦਾ ਬਲੂਟਿੰਗ ਜੀ ਮਹਿਸੂਸ ਹੁੰਦੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਹਾਂਜੀ ਕਿ ਸਾਰਿਆਂ ਨੂੰ ਇਹ ਹੁੰਦੀ ਆ ਜਾਂ ਕੁਝ ਇੱਕ ਲੋਕ ਸ਼ਿਕਾਇਤ ਕਰਦੇ ਆ ਅ ਦੇਖੋ ਸਾਰਿਆਂ ਨੂੰ 100% ਤਾਂ ਨਹੀਂ ਕਹਿ ਸਕਦੇ ਲੇਕਿਨ ਹੋਂ ਦਾ ਟਾਈਮ ਜਿਸ ਦੌਰ ਤੋਂ ਅਸੀਂ ਚੱਲਦੇ ਪਿਆ ਤਾਂ ਕਾਫੀ ਸਾਰੇ ਮਹਿਸੂਸ ਕਰਦੇ ਨੇ ਜਾਂ ਕੰਪਲੇਨ ਜਿਹੜੀਆਂ ਸਾਡੇ ਕੋਲ ਆਉਂਦੀਆਂ ਨੇ ਇਹੋ ਹੀ ਆ ਕਿ ਬਲੋਟਿੰਗ ਬਹੁਤ ਹੁੰਦੀ ਆ ਪੇਟ ਫੁੱਲੇ ਫੁੱਲਿਆ ਹੁੰਦਾ ਕਾਫੀ ਲੋਕੀ ਤੁਸੀਂ ਦੇਖਿਆ ਵੀ ਹੋਏਗਾ ਚਾਹੇ ਸਰੀਰ ਪਤਲਾ ਹੁੰਦਾ ਲੇਕਿਨ ਪੇਟ ਹੀ ਅੱਗੇ ਫੁੱਲਿਆ ਹੁੰਦਾ ਔਰ ਪੁਰਾਣੇ ਜ਼ਮਾਨੇ ਚ ਦੇਖਿਓ ਸੀ ਅਧੂ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਬਿਲਕੁਲ ਫਲੈਟ ਬੈਲੀ ਹੁੰਦੀ ਸੀ ਲੇਕਿਨ ਹੁਣ ਮੈਕਸਿਮਮ ਲੋਕੀ ਦੇਖੋ ਚਾਹੇ ਲੇਡੀਜ਼ ਨੇ ਚਾਹੇ ਜੈਂਟਸ ਨੇ ਇਵਨ ਕੇ ਬੱਚੇ ਵੀ ਦੇਖੋ ਕਿ ਪੇਟ ਉਹਨਾਂ ਦਾ ਫੁੱਲਿਆ ਹੁੰਦਾ ਨੋ ਡਾਊਟ ਕਿ ਤੁਸੀਂ ਮੋਟੇ ਹੋ ਜਾਂ ਪਤਲੇ ਹੋ ਜੀ ਇਹ ਕਾਰਨ ਕੀ ਹੁੰਦਾ ਜੀ ਇਹ ਲਗ ਲਗ ਕਾਰਨ ਹੈ ਜਿੰਨੀ ਵੀ ਮੈਂ ਰਿਸਰਚ ਕੀਤੀ ਹੈ ਇਹਦੇ ਤੇ ਸਪੈਸ਼ਲੀ ਕਾਫੀ ਦੇਰ ਦੇ ਬਾਅਦ ਇਹ ਟਾਪਿਕ ਮੈਂ ਸ਼ੁਰੂ ਕੀਤਾ ਹੈ ਕਿਉਂਕਿ ਮੈਂ ਡੀਪ ਰਿਸਰਚ ਕਰਕੇ ਉਹਦੇ ਬਿਲਕੁਲ ਜੜ ਤੱਕ ਪਹੁੰਚ ਕੇ ਕਨਕਲੂਜਨ ਜਿਹੜੇ ਹੁੰਦੇ ਨੇ ਉਸ ਤੇ ਬੇਸ ਤੇ ਮੈਂ ਗੱਲ ਕਰਨੀ ਆ ਜਾਂ ਰਿਸਰਚ ਪੇਪਰ ਜਿਹ ਪਬਲਿਕेशंस ਜਿਹੜੀਆਂ ਨੇ ਡਾਕਟਰੌਰਦੀ ਵੀ ਰਾਏ ਜਿਹੜੀ ਹੈ ਉਹ ਸਾਰੀ ਕੰਪਾਈਲ ਫਾਰਮ 'ਚ ਕੈਪਸੂਲ ਫਾਰਮ 'ਚ ਅਸੀਂ ਆਪਣੇ ਸ਼੍ਰੋਤਾ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨੇ ਆ ਉਹਦੇ ਵਿੱਚ ਇਹ ਹੈ ਕਿ ਡਿਫਰੈਂਟ ਡਿਫਰੈਂਟ ਕਾਰਨ ਹੁੰਦੇ ਨੇ ਇੱਕ ਤੇ ਹੈ ਕਿ ਜਿਹੜੀ ਬਲੋਟੀ ਹੈ ਉਹ ਸ ਦੇ ਕਨਫਿਊਜ਼ ਕਰਦੇ ਨੇ ਕਿ ਬਲੋਟਿੰਗ ਐਗਜੈਕਟਲੀ ਹੈ ਕੀ ਹੈ ਕਿ ਕਹਿੰਦੇ ਰੋਟੀ ਖਾਦੀ ਹੈ ਤੇ ਮੇਰਾ ਪੇਟ ਇੱਕਦਮ ਫੁੱਲ ਜਾਂਦਾ ਹੈ ਕੁਝ ਖਾਣੇ ਖਾਣ ਦੇ ਕਿ ਮੈਕਸਮ ਇਹ ਕੰਪਲੇਨ ਕਰਦੇ ਖਾਣਾ ਖਾਣ ਦੇ ਬਾਅਦ ਹੀ ਪੇਟ ਫੁੱਲਦਾ ਹੈ ਹੈਨਾ ਉਹਦੇ ਵਿੱਚ ਹੁੰਦਾ ਕਿ ਖਾਣੇ ਦੇ ਕਿਹੜੇ ਕਿਹੜੇ ਕੰਬੀਨੇਸ਼ਨਸ ਤੁਸੀਂ ਕਰਦੇ ਹੋ ਕਿਉਂਕਿ ਪਹਿਲੇ ਹੁੰਦਾ ਸੀ ਕਿ ਇੱਕ ਦਾਹ ਲੈ ਲਈ ਇੱਕ ਪ੍ਰਸ਼ਾਦਾ ਖਾ ਲਿਆ ਤੇ ਉਹ ਵੀ ਕਿਹੜੀ ਚੋਪੜ ਦੇ ਵੀ ਨਹੀਂ ਸੀ ਸੁੱਕੀ ਖਾ ਲਈ ਚਾਹ ਚਟਨੀ ਗੰਡੇ ਦੇ ਨਾਲ ਖਾ ਲੈਂਦੇ ਸੀ ਹੈਨਾ ਤੇ ਅੱਜ ਕੱਲ ਤੁਸੀਂ ਦੇਖੋ ਬਫੇ ਦਾ ਟਾਈਮ ਆ ਗਿਆ ਫਾਸਟ ਫੂਡ ਦਾ ਟਾਈਮ ਆ ਗਿਆ ਫਿਰ ਟੂ ਗੋ ਵਾਲੇ ਹੋ ਗਏ ਨੇ ਹੈਨਾ ਤੇ ਲੰਚ ਹੋ ਗਏ ਨੇ ਤੁਸੀਂ ਕੈਰੀ ਕਰਦੇ ਹੋ ਟਿਫਨ ਸਿਸਟਮ ਹੋ ਗਿਆ ਆ ਜ ਬੱਚਿਆਂ ਦਾ ਸਨੈਕ ਸਿਸਟਮ ਹੋ ਗਿਆ ਸਕੂਲ ਲੈ ਕੇ ਜਾਂਦੇ ਨੇ ਸੋ ਉਹ ਜ ਫ੍ਰੀਜ਼ ਕੀਤਾ ਹੋਇਆ ਸਮਾਨ ਖਾਂਦੇ ਫਰੋਜ਼ਨ ਫੂਡਸ ਕਾਫੀ ਲੈਂਦੇ ਨੇ ਲੋਕੀ ਕੈਨ ਫੂਡਸ ਲੈ ਲੈਂਦੇ ਨੇ ਜਾਂ ਛੇਤੀ ਛੇਤੀ ਮਾਈਕ੍ਰੋਵੇਵ ਕਰ ਲਿਆ ਖਾਣਾ ਹੈ ਨਾ ਇਹਦੀ ਹੋ ਗਿਆ ਖਾਣੇ ਦੇ ਜਿਹੜੇ ਤਰੀਕੇ ਨੇ ਜਾਂ ਕਿਸ ਫਾਰਮ 'ਚ ਤੁਸੀਂ ਲੈਂਦੇ ਹੋ ਇਹ ਤੇ ਪ੍ਰੋਬਲਮ ਹੈ ਹੀ ਹੈ ਕਿਹੜੇ ਕਿਹੜੇ ਖਾਣੇ ਤੁਹਾਨੂੰ ਪ੍ਰੋਬਲਮ ਕਰਦੇ ਉਹ ਵੀ ਹੈ ਨੰਬਰ 2 ਹੈ ਕਿ ਪਾਣੀ ਦਾ ਵੀ ਬਹੁਤ ਯੋਗਦਾਨ ਹੈ ਕਿਦਾਂ ਤੁਸੀਂ ਪਾਣੀ ਪੀਂਦੇ ਹੋ ਜਾਂ ਜਿਹੜੇ ਅੱਜਕੱਲ ਲਿਕੁਇਡ ਜੂਸਿਸ ਜਿਹੜੇ ਨੇ ਤੁਸੀਂ ਦੇਖੋ ਕਿ ਪਹਿਲੇ ਤਾਂ ਸਿਰਫ ਸਿੰਪਲ ਸਾਦਾ ਪਾਣੀ ਪੀਂਦੇ ਸੀ ਜਾਂਦਾ ਜਾਂ ਲੱਸੀ ਪੀ ਲੈਂਦੇ ਸੀ ਜਾਂ ਕਦੀ ਨਿੰਬੂ ਪਾਣੀ ਪੀ ਲਿਆ ਕਿਸੇ ਨੇ ਜਾਂ ਨਾਰੀਅਲ ਦਾ ਪਾਣੀ ਲੇਕਿਨ ਹੁਣ ਦੇਖੋ ਕਿੰਨੇ ਡਰਿੰਕਸ ਆ ਗਏ ਕਾਰਬੋਨੇਟਡ ਡਰਿੰਕਸ ਕਿੰਨੇ ਆ ਗਏ ਜੂਸਿਸ ਬਾਜ਼ਾਰ ਚ ਦੇਖੋ ਭਰੇ ਭੇਨੇ ਸਾਰੇ ਆਏ ਜਿੰਨੇ ਵੀ ਸਟੋਰ ਤੇ ਸਟੋਰ ਕਵਰ ਭਰੇ ਭੇਨੇ ਲੋਕਾਂ ਦੇ ਘਰ ਵੀ ਪੇਦੇ ਨੇ ਭਰੇ ਭੇਨੇ ਪੈਂਟਰੀਜ਼ ਸੋ ਕਾਰਬੋਨੇਟਡ ਡਰਿੰਕਸ ਨੇ ਜੂਸਿਸ ਦੀ ਵੈਰਾਈਟੀਆਂ ਹੈ ਜਾਂ ਫਿਰ ਇਵਨ ਕਿ ਹਾਰਡ ਡਰਿੰਕਸ ਇੰਨੀਆਂ ਜ਼ਿਆਦਾ ਆ ਗਈਆਂ ਵੈਰਾਈਟੀਆਂ ਉਹਨਾਂ ਵਿੱਚ ਇਹ 슈ਗਰ ਜਿਹੜੇ ਨੇ ਉਹ ਵੀ ਕਾਫੀ ਵੈਰਾਈਟੀਆਂ ਆ ਗਈਆਂ ਨੇ ਸੋ ਇਹਦੇ ਵਿੱਚ ਹੈ ਕਿ ਜਿਸ ਲਈ ਸਾਡੀ ਬਾਡੀ ਜਿਹੜੀ ਉਹ ਤੇ ਨੇਚਰਲ ਹੈ ਕੁਦਰਤ ਨੇ ਜਿਹੜੀ ਬਣਾਈ ਹੈ ਤੇ ਇਹਦੇ ਵਿੱਚ ਤੁਸੀਂ ਐਡ-ਆਨ ਚੀਜ਼ਾਂ ਜਿਹੜੀਆਂ ਕਰਦੇ ਹੋ ਉਹ ਇੱਕ ਬਹੁਤ ਕੰਪਲੀਕੇਟਿਡ ਜਾਂ ਸਟਫ ਸਾਡੀ ਬਾਡੀ 'ਚ ਬਣ ਜਾਂਦਾ ਹੈ which is very difficult for our body to digest or ਉਹਨੂੰ ਪ੍ਰੋਸੈਸ ਕਰਕੇ ਜਿਹੜਾ ਰਿਲੀਜ਼ ਆਊਟ ਕਰਨਾ ਹੈ ਜੀ ਸੋ ਬਲੋਟਿੰਗ ਇਜ਼ ਵਨ ਆਫ ਦਾ ਫੈਕਟਰ ਲਾਈਕ ਇਨ ਡਿਟੇਲਸ ਹੋਰ ਜਿਹੜੀਆਂ ਚੀਜ਼ਾਂ ਜ਼ਰੂਰ ਸਾਂਝੀਆਂ ਕਰਾਂਗੇ ਅੱਜ ਅੱਛਾ ਮੈਨੂੰ ਇਹ ਦੱਸੋ ਜਿਸ ਤਰ੍ਹਾਂ ਬਹੁਤ ਸਾਰੇ ਲੋਕ ਬਿਲਕੁਲ ਇਹ ਸ਼ਿਕਾਇਤ ਕਰਦੇ ਆ ਕਿ ਖਾਣ ਸਾ ਢਿੱਡ ਆਫਰਦਾ ਅਫਰੇਮਾ ਜਿਹਾ ਹੋ ਜਾਂਦਾ ਜਾਂ ਬਲੋਟਿੰਗ ਕਹਿ ਦਿੰਦੇ ਨੇ ਜਿਹੋ ਜੀ ਵੀ ਕਿਸੇ ਨੂੰ ਕੋਈ ਸ਼ਬਦ ਲੱਭਦਾ ਉਸ ਤਰ੍ਹਾਂ ਦਾ ਸ਼ਬਦ ਦੇ ਦਿੰਦੇ ਨੇ ਪਰ ਕਈਆਂ ਨੂੰ ਤਾਂ ਬੜਾ ਤੰਗ ਕਰਦਾ ਹੈ ਇੱਕ ਹੋਰ ਚੀਜ਼ ਡਿਫਾਈਨ ਕਰਿਓ ਜੀ ਕਈ ਲੋਕ ਕਹਿੰਦੇ ਨੇ ਕਿ ਖਾਣਾ ਖਾਣ ਤੋਂ ਬਾਅਦ ਮੇਰੇ ਤਜਾਬ ਬਣਦਾ ਹੈ ਕਈ ਕਹਿੰਦੇ ਨੇ ਮੇਰੇ ਗੈਸ ਬਣਦੀ ਹੈ ਕਈ ਕਹਿੰਦੇ ਨੇ ਬਲੋਟਿੰਗ ਹੁੰਦੀ ਹੈ ਇਹ ਸਾਰੀਆਂ ਤਿੰਨੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਜੀ ਹਾਂਜੀ ਇਹ ਪਤਾ ਕੀ ਕਈਆਂ ਨੂੰ ਤਾਂ ਡਿਫੀਸੀਅਟ ਨਹੀਂ ਕਰਨਾ ਆਉਂਦਾ ਜਿਸ ਲਈ ਅਸੀਂ ਕਹਿੰਦੇ ਹਾਂ ਕਿ ਤੁਹਾਨੂੰ ਐਸਿਡ ਬਣਦਾ ਹੈ ਤੇ ਉਸ ਗੈਸ ਆ ਸੋਚਦੇ ਕਿ ਗੈਸ ਹੀ ਰਿਲੀਜ਼ ਹੁੰਦੀ ਹੈ ਉਹ ਕਹਿੰਦੇ ਹਾਂ ਐਸਿਡ ਬੰਦਾ ਪਰ ਐਸਿਡ ਨਹੀਂ ਹੁੰਦਾ ਉਹ ਗੈਸ ਬਣਦੀ ਹੈ ਤੇ ਮੈਂ ਡਿਫਰੈਂਸ਼ੀਏਟ ਕੀਤਾ ਕਿ ਐਸਿਡ ਜਿਹੜਾ ਹੁੰਦਾ ਹੈ ਪਹਿਲੇ ਪਹਿਲੇ ਤਾਂ ਹੁੰਦਾ ਕਿ ਤੁਹਾਨੂੰ ਹਾਰਡ ਬਨ ਵਗੈਰਾ ਫੀਲਿੰਗ ਆਉਂਦੀ ਹੈ ਤਾਂ ਉਹ ਐਸਿਡ ਹੁੰਦਾ ਗੈਸ ਹੁੰਦੀ ਜਿਹੜੀ ਤੁਸੀਂ ਮੂੰਹ ਰਾਏ ਵੀ ਕੱਢਦੇ ਹੋ ਡਕਾਰ ਖਾਂਦੇ ਨੇ ਬਰਪਿੰਗ ਹੁੰਦੀ ਹੈ ਜਾਂ ਫਿਰ ਜਿਹੜੇ ਥੱਲੇ ਵੀ ਗੈਸ ਨਿਕਲਦੀ ਹੈ ਫਾਟ ਵਗੈਰਾ ਕਹਿੰਦੇ ਨੇ ਤਾਂ ਉਹ ਗੈਸ ਰਿਲੀਜ਼ ਹੁੰਦੀ ਹੈ ਉਹਨੂੰ ਗੈਸ ਕਹਿੰਦੇ ਆ ਫਿਰ ਜਿਹੜੀ ਬਲੋਟਿੰਗ ਜਿਹੜੀ ਅਸੀਂ ਕਹਿੰਦੇ ਪਏ ਆ ਉਹ ਹੈ ਕਿ ਜਿਹੜੀ ਅੰਦਰ ਸਟਕ ਹੋ ਜਾਂਦੀ ਕਹਿੰਦੇ ਕਿ ਫੂਡ ਸੈਂਸਿਟੀਵਿਟੀ ਜਿਹੜੀ ਹੈ ਉਹ ਹੈ ਫੂਡ ਇਨਟੋਲਰੈਂਸ ਕਹਿ ਸਕਦੇ ਹੋ ਫੂਡ ਸੈਂਸਿਟੀਵਿਟੀ ਕਹਿੰਦੇ ਉਹ ਬਣ ਜਾਂਦੀ ਹੈ ਕਿ ਜਿਹੜੀ ਇਮੀਡੀਏਟਲੀ ਕੁਝ ਫੂਡ ਖਾਦਾ ਹੈ ਇੱਕਦਮ ਹੀ ਤੁਹਾਡਾ ਪੇਟ ਫੁੱਲ ਗਿਆ ਖਾਣੇ ਦੇ ਬਾਅਦ ਹੀ ਤੇ ਉਹ ਹੁੰਦੀ ਹੈ ਫੂਡ ਸੈਂਸਿਟੀਵਿਟੀ ਉਹ ਖਾਣੇ ਜਿਹੜੇ ਤੁਹਾਡੇ ਅੰਦਰ ਜਿਹੜੀ ਨਹੀਂ ਉਹ ਤੁਹਾਨੂੰ ਡਾਈਜੈਸਟ ਨਹੀਂ ਹੁੰਦੇ ਪਏ ਉਹ ਤੁਹਾਡੇ ਅੰਦਰ ਜਾ ਕੇ ਤੁਹਾਡੇ ਅੰਦਰ ਫਾਈਟਿੰਗ ਹੁੰਦੀ ਪਈ ਹੈ ਅੰਦਰ ਦੇ ਸਿਸਟਮ ਨੇ ਕਿਉਂਕਿ ਜਿਸਲੇ ਤੁਸੀਂ ਕੁਝ ਮੂੰਹ ਰਾਏ ਪਾਇਆ ਹੈ ਤੇ ਤੁਹਾਡੇ ਅੰਦਰੋਂ ਐਂਜ਼ਾਈਮ ਰਿਲੀਜ਼ ਹੋਣਾ ਸ਼ੁਰੂ ਹੋ ਜਾਂਦੇ ਨੇ ਡਿਫਰੈਂਟ ਡਿਫਰੈਂਟ ਡਾਈਜੈਸਟਿਵ ਐਂਜ਼ਾਈਮਸ ਰਿਲੀਜ਼ ਹੁੰਦੇ ਜਿਨ੍ਹਾਂ ਨੇ ਖਾਣਾ ਪਚਾਉਣਾ ਹੁੰਦਾ ਹੈ ਲੇਕਿਨ ਉਹ ਜਿਸਲੇ ਐਂਜ਼ਾਈਮ ਪ੍ਰੋਪਰ ਰਿਲੀਜ਼ ਨਹੀਂ ਹੁੰਦੇ ਜਿਸ ਤਰ੍ਹਾਂ ਤੁਸੀਂ ਖਾਣਾ ਖਾਂਦੇ ਹੋ ਤੇ ਜਿਹੜੇ ਫਾਈਟਿੰਗ ਹੁੰਦੀ ਹੈ ਤੇ ਇੱਕ ਬਹੁਤ ਵੱਡਾ ਕਾਰਨ ਜਿਹਨੂੰ ਅਸੀਂ ਇਨਫਲਮੇਸ਼ਨ ਕਹਿੰਦੇ ਆ ਅੱਜ ਦੇ ਦੌਰ ਤੇ ਜਿਹੜੇ ਤੁਹਾਡੇ ਪੇਟ ਦੇ ਅੰਦਰ ਚਾਹ ਹੇ ਤੁਹਾਡੇ ਸਟੋਮਿਕ ਹੈ ਚਾਹੇ ਤੁਹਾਡੀ ਫੂਡ ਪਾਈਪ ਹੈ ਚਾਹੇ ਵੱਡੀ ਅੰਤੜੀ ਹੈ ਜਿਸ ਦੇ ਉੱਤੇ ਇਨਫੋਰਮੇਸ਼ਨ ਕੰਟੀਨਿਊਸਲੀ ਬੇਸਿਸ ਰਹਿੰਦੀ ਹੈ ਤੇ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਓਖਾ ਬੜਾ ਹੋ ਜਾਂਦਾ ਹੈ ਪੇਟ ਫੁੱਲਿਆ ਫੁੱਲਿਆ ਹੁੰਦਾ ਫਿਰ ਉਹਦੇ ਬਾਅਦ ਪੇਟ ਚ ਦਰਦ ਹੋਣਾ ਸ਼ੁਰੂ ਹੋ ਜਾਂਦੀ ਹੈ ਕਈ ਕਹਿੰਦੇ ਮਰੋੜ ਪੈਂਦੇ ਨੇ ਕ੍ਰੈਮਸ ਪੈਂਦੇ ਨੇ ਤੇ ਕਈ ਫਿਰ ਕਹਿੰਦੇ ਨੇ ਕਿ ਭਰਿਆ ਭਰਿਆ ਲੱਗਦਾ ਮੈਨੂੰ ਭੁੱਖ ਨਹੀਂ ਲੱਗਦੀ ਹੈ ਕਿਉਂਕਿ ਬਹੁਤ ਫੁੱਲਨੈਸ ਜਈ ਫੀਲਿੰਗ ਹੁੰਦੀ ਹੈ ਸੋ ਇਹ ਅਲੱਗ-ਅਲੱਗ ਕੈਟਾਗਰੀਜ਼ ਨੇ ਪਰ ਇੱਕ ਦੇ ਬਾਅਦ ਦੂਜਾ ਹੈ ਕਦੀ ਕਦੀ ਬਲੋਟਿੰਗ ਹੁੰਦੀ ਹੈ ਕਦੀ ਕਦੀ ਕੁਝ ਕੋਈ ਖਾ ਲੇ ਮਹੀਨੇ ਚ ਇੱਕ ਵਾਰੀ ਤਾਂ ਠੀਕ ਹੈ ਲੇਕਿਨ ਬਹੁਤ ਸਾਰੇ ਜਿਹੜੇ ਖਾਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਸਵਾਦ ਵਾਸਤੇ ਅਸੀਂ ਖਾਂਦੇ ਆ ਨਾ ਤੇ ਜਾਂ ਕੰਬੀਨੇਸ਼ਨ ਚ ਜਾਂ ਇੱਕ ਆਦਤ ਇਹ ਬਣ ਜਾਂਦੀ ਹੈ ਤੇ ਉਹ ਜਿਵੇਂ ਰੋਜ਼ 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 ਦੇ ਖਾਣੇ ਆ ਤੇ ਰੋਜ਼ ਰੋਜ਼ ਸਾਰੀ ਬੋਡੀ ਜਿਹੜੀ ਹੈ ਅੰਦਰ ਫਾਈਟਿੰਗ ਹੁੰਦੀ ਰਹਿੰਦੀ ਹੈ ਤੇ ਫਿਰ ਉਹਦੇ ਬਾਅਦ ਅਲਰਜੀਸ ਬਣ ਜਾਂਦੀਆਂ ਫੂਡ ਅਲਰਜੀਸ ਵੀ ਬਹੁਤ ਜ਼ਿਆਦਾ ਅੱਜ ਕੱਲ ਦੇ ਟਾਈਮ ਵਿੱਚ ਲੋਕਾਂ ਨੂੰ ਹੁੰਦੀ ਪਈਆਂ ਨੇ ਕਿ ਇਹ ਵੱਧਦੀਆਂ ਪਈਆਂ ਨੇ ਔਰ ਇਹ ਜਿਹੜੀ ਫੂਡ ਸੈنسਿਟੀਵਿਟੀ ਆ ਇਹ ਤੇ ਇਹਦਾ ਹੈ ਕਿ ਤੁਹਾਡੇ ਕੋਈ ਸਿੰਪਟਮ ਨਹੀਂ ਆਣਗੇ ਤੁਹਾਨੂੰ ਪਤਾ ਨਹੀਂ ਲੱਗੇਗਾ ਲੇਕਿਨ ਇਹੋ ਹੀ ਹੈ ਕਿ ਤੁਹਾਨੂੰ ਭੁੱਖ ਘੱਟ ਲੱਗੇਗੀ ਤੁਹਾਡੇ ਅੰਦਰ ਬਲੋਟਿੰਗ ਹੋਏਗੀ ਤੁਹਾਨੂੰ ਐਸਿਡ ਬਣੇਗਾ ਜਾਂ ਗੈਸ ਬਣੇਗੀ ਜਾਂ ਫਿਰ ਕਬਜ਼ੀ ਹੋ ਜਾਂਦੀ ਹੈ ਇਹ ਸਿੰਪਟਮਸ ਹੁੰਦੇ ਨੇ ਪਰ ਮੈਂ ਵੀ ਦੇਖਿਆ ਕਿ ਉਹਨਾਂ ਨੂੰ ਜ਼ਿਆਦਾ ਹੁੰਦੇ ਜਿਨ੍ਹਾਂ ਨੂੰ ਸਟ੍ਰੈਸ ਜ਼ਿਆਦਾ ਰਹਿੰਦੀ ਹੈ ਜਿਨ੍ਹਾਂ ਦੀ ਲਾਈਫ ਵਿੱਚ ਸਟ੍ਰੈਸ ਵੀ ਕਾਲਜ ਹੈ ਬਹੁਤ ਵੱਡਾ ਕਾਜ਼ ਹੈ ਸਟ੍ਰੈਸ ਹੀ ਕਹਾਂਗੇ ਕਿ 60% ਕਾਜ਼ ਸਟ੍ਰੈਸ ਹੀ ਹੈ ਜਿਹੜੇ ਲੋਕਾਂ ਨੂੰ ਇਹ ਜਿਹੜੀਆਂ ਪ੍ਰੋਬਲਮ ਜਿਹੜੀਆਂ ਡੇ ਟੂ ਹੁੰਦੇ ਕਹਿੰਦੇ 70% ਤੁਹਾਡਾ ਬ੍ਰੇਨ ਜਿਹੜਾ ਨਾ ਉਹ ਸਟੋਮਿਕ ਵਿੱਚ ਹੀ ਹੈ ਹਮ ਅੱਛਾ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਹੁਣੀ ਜ਼ਿਕਰ ਕੀਤਾ ਹੈ ਕਿ ਸਟ੍ਰੈਸ ਹੈ ਤਾਂ ਇਹ ਬਿਮਾਰੀ ਦਾ ਹੋਣਾ ਸੁਭਾਵਿਕ ਹੈ ਜੀ ਪਰ ਹੁਣ ਕਿਵੇਂ ਕਿਸੇ ਇਨਸਾਨ ਨੂੰ ਪਤਾ ਲੱਗੇ ਮੰਨ ਲਓ ਮੈਂ ਤੁਹਾਡੇ ਘਰ ਆਇਆ ਤੁਸੀਂ ਮੇਰੇ ਘਰ ਆਇਓ ਜਾਂ ਕਿਤੇ ਬਾਹਰ ਆਪਾਂ ਗਏ ਖਾਣ ਵਾਸਤੇ ਹਮ ਕਿਵੇਂ ਪਤਾ ਲੱਗੇ ਇਨਸਾਨ ਨੂੰ ਕਿ ਆਹ ਫੂਡ ਮੈਂ ਨਾ ਖਾਵਾਂ ਇਹਦੇ ਨਾਲ ਮੈਨੂੰ ਬਲੂਟਿੰਗ ਹੋ ਸਕਦੀ ਏ ਅਫਰੇਮਾ ਹੋ ਸਕਦਾ ਹੈ ਪਤਾ ਕਿਵੇਂ ਲੱਗੂਗਾ ਜੀ ਬੈਨਪਾਲ ਜੀ ਬਹੁਤ ਹੀ ਇੰਟਰਸਟਿੰਗ ਔਰ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਔਰ ਸੁਣਨੇ ਵਾਲੇ ਨੂੰ ਵੀ ਇਨਫੋਰਮੇਟਿਵ ਮਿਲੇਗੀ ਕਿ ਜ਼ਰੂਰੀ ਹੈ ਕਿ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਤੇ ਰੂਟੀਨ ਚ ਖਾਣਾ ਖਾਂਦੇ ਆ ਇਹਦੇ ਵਾਸਤੇ ਇੱਕ ਅਸੀਂ ਟੈਸਟ ਬਣਾਇਆ ਹੈ ਜਿਹਨੂੰ ਕਹਿੰਦੇ ਨੇ ਫੂਡ ਇਨਟੋਲਰੈਂਸ ਟੈਸਟ अच्छा यासी कॉमनली ਕਹਿੰਦੇ ਫੂਡ ਸੈਂਸਿਟੀਵਿਟੀ ਟੈਸਟ ਉਹ ਇੱਕ ਬਹੁਤ ਵਧੀਆ ਟੈਸਟ ਹੈ ਉਹ ਕੋਈ ਵੀ ਕਰਾ ਸਕਦਾ ਹੈ ਮਤਲਬ 2 ਸਾਲ ਦੇ ਬੱਚੇ ਵੀ ਕਰਾ ਸਕਦੇ ਵੱਡੇ ਵੀ ਕਰਾ ਸਕਦੇ ਬਜ਼ੁਰਗ ਵੀ ਕਰਾ ਸਕਦੇ ਕੋਈ ਵੀ ਤੁਸੀਂ ਕਰਾ ਲਓ ਉਹ ਹੈ ਕਿ ਤੁਸੀਂ ਆਪਣੇ ਬਾਲਾਂ ਕੋਲੋਂ ਟੈਸਟ ਹੁੰਦਾ ਹੈ ਤੇ ਉਹ ਥੋੜੇ ਜਿਹੇ ਬਾਲ ਲੈ ਕੇ ਉਹ ਅਸੀਂ ਉਹ ਟੈਸਟ ਕਰਨੇ ਆ ਉਦੇ ਬੇਸ ਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਕਿਹੜੇ ਕਿਹੜੇ ਖਾਣੇ ਜਿਹੜੇ ਮੈਨੂੰ ਖਰਾਬ ਲੱਗਦੇ ਪਏ ਨੇ ਪਰਸਨਲੀ ਮੈਨੂੰ ਹੋ ਸਕਦਾ ਹੈ ਉਹ ਖਾਣੇ ਤੁਹਾਨੂੰ ਠੀਕ ਬੈਠਦੇ ਹੋਣ ਮੈਨੂੰ ਨਹੀਂ ਸਿੱਟੇ ਪਰਸਨ ਟੂ ਪਰਸਨ ਤਾਂ ਇਹ ਬਾਲਾ ਟੈਸਟ ਸੋ ਡਿਸਪੈਸਿਫ ਹੁੰਦਾ ਹੈ ਤੇ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ 12 13 ਪੇਜ ਦੀ ਰਿਪੋਰਟ ਆ ਜਾਂਦੀ ਹੈ ਜਿਹਦੇ ਵਿੱਚ ਕੀ ਤੁਸੀਂ ਖਾਣੇ ਸੋਚਦੇ ਹੋ ਕਿ ਹੈਲਦੀ ਹੈ ਇਹ ਅੱਛੇ ਨੇ ਲੇਕਿਨ ਅੰਦਰ ਉਹ ਤੁਹਾਡੇ ਜਾ ਕੇ ਅੰਦਰ ਅਲਰਜੀਸ ਕਰਦੇ ਨੇ ਜਾਂ ਫਾਈਟਿੰਗ ਹੁੰਦੀ ਹੈ ਜਾਂ ਉਹ ਹੀ ਬਲੋਟਿੰਗ ਕਹਿੰਦੇ ਆ ਜਾਂ ਫਿਰ ਅੰਦਰ ਤੁਹਾਨੂੰ ਇਨ ਡਾਈਜੈਸ਼ਨ ਹੋ ਜਾਂਦੀ ਹੈ ਉਹ ਪ੍ਰੋਬਲਮ ਕਰੀਏਟ ਕਰਦੇ ਨੇ ਹੂੰ ਅੱਛਾ ਇੱਕ ਜਿਸ ਤਰ੍ਹਾਂ ਹੁਣੇ ਤੁਸੀਂ ਕਿਹਾ ਕਿ ਇੱਕ ਮੈਨੂੰ ਯਾਦ ਆ ਗਿਆ ਬੀਤੇ ਕਈ ਮਹੀਨੇ ਪਹਿਲਾਂ ਤੁਸੀਂ ਪ੍ਰੋਗਰਾਮ 'ਚ ਦੱਸਿਆ ਸੀ ਜੀ ਮੈਂ ਤੁਹਾਨੂੰ ਸਵਾਲ ਕੀਤਾ ਸੀ ਕਿ ਹੋ ਸਕਦਾ ਹੈ ਕੋਈ ਤੁਹਾਨੂੰ ਵਾਲ ਕੱਟ ਕੇ ਦੇਣੇ ਨਾ ਚਾਹੁੰਦਾ ਹੋਵੇ ਉਹ ਫਾਰਮੂਲਾ ਬੜਾ ਵਧੀਆ ਸੀ ਤੁਹਾਡਾ ਕਿ ਰੋਜ਼ ਤੁਸੀਂ ਕੰਗਾ ਕਰਦੇ ਹੋ ਕੰਗੀ ਵੰਦੇ ਹੋ ਉਹਦੇ ਵਿੱਚ ਜਿਹੜੇ ਵਾਲ ਟੁੱਟਦੇ ਨੇ ਉਹਨਾਂ ਨੂੰ ਸੰਭਲੋ ਜੀ ਤੇ ਸੈਂਪਲ ਦੇ ਵਾਸਤੇ ਉਹ ਸਾਨੂੰ ਦੇ ਦਿਓ ਅੱਛਾ ਉਹਦੇ ਤੋਂ ਬਾਅਦ ਮੈਨੂੰ ਇੱਕ ਫਿਰ ਸਵਾਲ ਆ ਗਿਆ ਜਰੂਰ ਜੀ ਦੱਸੋ ਉਹ ਸਵਾਲ ਮੈਨੂੰ ਆਇਆ ਕਿ ਵਾਲ ਪੁਰਾਣੇ ਕਿੰਨੇ ਹੋਣ ਸਾਡੇ ਤਾਂ ਅੱਜ ਟੁੱਟ ਗਏ ਕਿੰਨੀ ਦੇਰ ਰੱਖੇ ਜਾ ਸਕਦੇ ਨੇ ਤੇ ਕਿੰਨੀ ਦੇਰ ਬਾਅਦ ਵੀ ਉਹ ਟੈਸਟ ਦੇ ਵਿੱਚ ਸਹੀ ਹੋਣਗੇ ਦੇਖੋ ਇਹਦਾ ਬਹੁਤ ਵਧੀਆ ਤਰੀਕਾ ਕਿ ਤੁਹਾਡੇ ਵਾਲ ਨੇ ਉਹ ਇਹਦੀ ਕੋਈ ਇਹ ਨਹੀਂ ਕਿ ਐਕਸਪਾਇਰੀ ਹੋ ਜਾਏਗੀ ਕੋਈ ਤੁਸੀਂ ਚਾਹੇ ਮਹੀਨੇ ਦੇ ਵੀ ਤੁਸੀਂ ਇਕੱਠੇ ਕਰ ਇੱਕ ਜਿਪ ਲੌਕ ਬੈਗ ਵਿੱਚ ਪਾਉਂਦੇ ਜਾਓ ਪਰ ਹੁਣ ਤੁਹਾਡੇ ਆਪਣੇ ਆਪਣੇ ਹੋਏ ਕੰਗੀ ਆਪਣੇ ਹੋਣੀ ਚਾਹੀਦੀ ਹਾਂ ਕਿਉਂਕਿ ਕਿਸੇ ਦੇ ਨਹੀਂ ਹੁਣ ਮਿਕਸ ਨਹੀਂ ਹੋਣੇ ਚਾਹੀਦੇ ਕਿਉਂਕਿ ਤੁਹਾਡੇ ਵਾਲ ਨੇ ਔਰ ਕਈ ਆਪਣੇ ਦਾੜੀ ਦੇ ਵਾਲ ਦੇ ਦਿੰਦੇ ਨੇ ਕਈ ਆਪਣੇ ਬਾਵਾ ਦੇ ਕੱਢ ਕੇ ਦੇ ਦਿੰਦੇ ਨੇ ਤੁਸੀਂ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਾਲ ਹੁਣ ਤੁਹਾਡਾ ਡੀਐਨਏ ਲੈਣਾ ਹੈ ਹਾਂਜੀ ਉੱਥੋਂ ਅਸੀਂ ਡੀਐਨਏ ਕੱਢਣਾ ਹੈ ਉਹ ਜਿੰਨਾ ਵੀ ਪ੍ਰਾਣਾ ਹੋਏਗਾ ਡੋਸਨਟ ਮੈਟਰ ਅੱਛਾ ਤੁਸੀਂ ਆਪਣੇ ਥੋੜੇ ਜੇ ਇੰਨੇ ਸਾਰੇ ਵਾਲ ਮੈਂ ਹਰ ਵਾਰੀ ਕਿਸੇ ਕਹਿੰਦੀ ਆ ਕਿ ਇੰਨੇ ਕ ਵਾਲਸ ਕਹਿੰਦੇ ਕਿੰਨੇ ਦੇ ਦੇ ਮੈਂ ਕਿ ਬਸ ਇੰਨੇ ਸਾਰੇ ਵਾਲ ਹੀ ਦੇ ਦੇ ਤੁਸੀਂ ਅੱਛਾ ਡਾਕਟਰ ਡੋਗਰਾ ਮੈਨੂੰ ਇਹ ਦੱਸਿਓ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਜੀ ਡੀ ਐਨ ਏ ਲੈਣਾ ਟੈਸਟ ਕਰਨਾ ਬੜਾ ਔਖਾ ਹੈ ਫਿਰ ਮੈਨੂੰ ਯਾਦ ਆ ਤੁਸੀਂ ਇੱਕ ਵਾਰੀ ਕਹਿੰਦੇ ਇਸ ਲਾਈਵਾ ਤੋਂ ਹੀ ਹੋ ਜਾਂਦਾ ਥੋੜਾ ਵਾਲਾਂ ਤੋਂ ਹੋ ਜਾਂਦਾ ਜਿਸ ਸਵੈਬ ਛੋਟੇ ਜਿਹੇ ਸਵੈਬ ਜਿਸ ਨਾਲ ਤੁਸੀਂ ਉਹ ਜਾਂਦੇ ਨਹੀਂ ਆ ਬਾਰਡਰ ਕ੍ਰਾਸ ਕਰਦੇ ਹੋ ਜੇ 에어ਪੋਰਟ ਤੇ ਜਾਂਦੇ ਹੋ ਉਹ ਤੁਹਾਡਾ ਛੋਟਾ ਜਿਹਾ ਨਹੀਂ ਆ ਕਿ ਉਹ ਲਾਂਦੇ ਗਿੱਲਾ ਕਰਕੇ ਸਵੈਬ ਕਰਕੇ ਸਾਰਾ ਦੇਖ ਲੈਂਦੇ ਨੇ بس ਇਨਾ ਸਵੈਬ ਚਾਹੀਦਾ ਹੁੰਦਾ ਤੁਹਾਡਾ ਉਹ ਥੋੜਾ ਜਿਹਾ ਕਰਕੇ ਤੁਹਾਡੇ ਚੀਕਸ ਦੇ ਉੱਤੇ ਕਰਕੇ ਬੱਚੇ ਛੋਟੇ ਛੋਟੇ ਜਿਹੜੇ ਹੁੰਦੇ 6 ਮਹੀਨੇ ਦੇ ਬੱਚੇ ਉਹ ਵੀ ਕਰ ਦਿੰਦੇ ਬਸ ਉਹ ਲੈ ਕੇ ਤੇ ਕਾਟਨ ਦੇ ਜਸੇ ਚੀਫ ਦੇ ਉੱਤੇ ਲਗਾਤਾ ਮੂੰਹ ਦੇ ਰਗੜ ਕਰਕੇ ਉਸ ਸੈਂਪਲ ਪਾ ਕੇ ਤੇ ਦੇ ਦਿੰਦੇ ਹੁਣ ਜਿਹੜੇ ਤੁਹਾਡੇ ਕੋਵਿਡ ਜਿਹੜੇ ਟੈਸਟ ਹੁੰਦੇ ਪੇਸ ਤੇ ਦੇਖਿਆ ਆਏਗਾ ਕੋਵਿਡ ਟੈਸਟ ਹਾਂ ਬਿਲਕੁਲ ਕਰਾਇਆ ਜੀ ਹਾਂਜੀ 에어ਪੋਰਟ ਤੇ ਹਰ ਜਗ੍ਹਾ ਹੁੰਦਾ ਕੀ ਕਰਦੇ ਹੋ ਉਹ ਨੇਜ਼ਲ ਸਵੈਬ ਥੋੜਾ ਜਿਹਾ ਲੈ ਕੇ ਉਹ ਨੱਕ ਦੇ ਵੀ ਥੋੜਾ ਜਿਹਾ ਇਦਾਂ ਕਰਕੇ ਇਦਾਂ ਕਰਕੇ ਉਹ ਬਸ ਉਹਦੇ ਵਿੱਚ ਸੋਲੂਸ਼ਨ ਪਾ ਦਿੰਦੇ ਟ੍ਰਾਂਸਕ੍ਰਿਪਟ ਇਸ ਪੀਸੀਆਰ ਕਹਿੰਦੇ ਨੇ ਇਹਨੂੰ ਤੋਂ ਅੱਧੇ ਘੰਟੇ ਘੰਟੇ ਚ ਤੁਹਾਡੀ ਰਿਪੋਰਟ ਰੈਡੀ ਹੋ ਜਾਂਦੀ ਹੈ ਪੰਮ ਦੇਰ ਤੁਹਾਨੂੰ ਦੂਜੇ ਦਿਨਾਂ ਹਾਂਜੀ ਉਹ ਵੀ ਕਿਵੇਂ ਕਿਉਂਕਿ ਉਹ ਟਾਈਮ ਚਾਹੀਦਾ ਹੁੰਦਾ ਨਾ ਪਰ ਹਾਂ ਅੱਧੇ ਘੰਟੇ ਚ ਰਿਪੋਰਟ ਆਦੀ ਹੈ ਲੇਕਿਨ ਸਾਡੀ ਜਿਹੜੀ ਰਿਪੋਰਟ ਆ ਕੰਪਲੀਟ ਰਿਪੋਰਟ ਹੁੰਦੀ ਆ ਅਸੀਂ 7 ਤੋਂ 10 ਦਿਨ ਲਗਾਦੇ ਆ ਦੈਟਸ ਹੋਈ ਸੀ ਕਿਉਂਕਿ ਅਸੀਂ ਰਿਸਰਚ ਵੀ ਕਰਨੀ ਹੁੰਦੀ ਹੈ ਫਿਰ ਅਸੀਂ ਜਿਹੜੀ ਰਿਪੋਰਟ ਹੁੰਦੀ ਆ ਕਿਉਂਕਿ ਉਹ ਰਾ ਡਾਟਾ ਮਿਲਦਾ ਹੈ ਉਹਨੂੰ ਅਸੀਂ ਆਪਣੇ ਡਾਟਾਬੇਸ ਚ ਪਾਉਂਦੇ ਆ ਫਿਰ ਅਸੀਂ ਜਿਹੜੀ ਬਿਮਾਰੀ ਆ ਜਿਹੜੇ ਪੇਸ਼ੈਂਟ ਆਲਰੇਡੀ ਬਿਮਾਰ ਹੋਏ ਹੁੰਦੇ ਨੇ ਉਹਨਾਂ ਦੇ ਡੀਐਨਏ ਆਲਰੇਡੀ ਕੱਢੇ ਹੁੰਦੇ ਨੇ ਤੇ ਉਹ ਉਹਦੇ ਜਿਹੜੇ ਜੀਨ ਐਕਸਪ੍ਰੈਸ ਹੁੰਦੇ ਉਹ ਸਾਡੇ ਕੋਲ ਕੰਪਿ ਇਸ ਬਣਾਇਆ ਹੁੰਦਾ ਆਪਣਾ ਤੇ ਉਹ ਫਿਰ ਜਿਹੜੇ ਤੁਹਾਡੇ ਸਪੈਸੀਫਿਕ ਸੈਂਪਲ ਆਉਂਦੇ ਨੇ ਜਿਹੜੇ ਡੀਐਨਏ ਅਸੀਂ ਕੱਢੇ ਹੁੰਦੇ ਉਹ ਬਿਮਾਰੀਆਂ ਵਾਲੇ ਜੀਨ ਕੱਢੇ ਹੁੰਦੇ ਫਿਰ ਅਸੀਂ ਉਹਦੇ ਵਿੱਚ ਕੰਪਿਊਟਰ 'ਚ ਉਹ ਸਾਰੇ ਮੈਚ ਕਰਨੇ ਆ ਫਿਰ ਉਹ ਦੇਖਨੇ ਆ ਕਿ ਤੁਹਾਡੇ ਕਿੰਨੇ ਰਿਸਕ ਫੈਕਟਰ ਨੇ ਤੁਸੀਂ ਲੋ ਰਿਸਕ ਚ ਆਂਦੇ ਹੋ ਜਾਂ ਮੀਡੀਅਮ ਚ ਆਂਦੇ ਹੋ ਜਾਂ ਹਾਈ ਚ ਆਂਦੇ ਹੋ ਤੇ ਉਹ ਕਿਉਂਕਿ ਡਿਪੈਂਡ ਪਾਨ ਕਿ ਕਿੰਨੇ ਜੀਨ ਤੁਹਾਡੇ ਚੇਂਜ ਹੋ ਚੁੱਕੇ ਨੇ ਬਿਮਾਰੀ ਵਾਲੇ ਜਿਦਾ ਡਾਇਬੀਟਿਸ ਹੈ ਤੇ ਡਾਇਬੀਟਿਸ ਸਾਡੇ ਮੇਰੇ ਕੋਲ 154 ਜਾਂ 200 ਦੇ ਕਰੀਬ ਜੀਨਸ ਹੈ ਨੇ ਤੇ ਜਿਹੜੇ ਤੁਹਾਡੇ ਅਸੀਂ ਕਰਨੇ ਫਿਰ ਦੇਖਨੇ ਕਿ ਤੁਹਾਡੇ ਬਿਮਾਰੀ ਨਾਲ ਕਿੰਨੇ ਮੈਚ ਹੁੰਦੇ ਨੇ ਜਿੰਨੇ ਜ਼ਿਆਦਾ ਨੰਬਰ ਮੈਚ ਹੋਣਗੇ ਇੰਨੇ ਤੁਸੀਂ ਹਾਈ ਰਿਸਕ ਦੇ ਆਂਦੇ ਹੋ ਜਿੰਨੇ ਥੋੜੇ ਮੈਚ ਹੁੰਦੇ ਨੇ ਤੁਸੀਂ ਲੋ ਰਿਸਕ ਦੇ ਆਂਦੇ ਹੋ ਸੋ ਉਹਦੇ ਪੂਰੀ ਪ੍ਰੋਫਾਈਲ ਬਣਦੀ ਹੈ ਫਿਰ ਅਸੀਂ ਦੱਸਨੇ ਕਿ ਤੁਹਾਨੂੰ ਡਾਇਬੀਟਿਸ ਦਾ ਕਿੰਨਾ ਰਿਸਕ ਹੈ ਤੁਹਾਨੂੰ ਹਾਰਟ ਅਟੈਕ ਹੋਣ ਯਾ ਸਟ੍ਰੋਕ ਦੇ ਕਿੰਨਾ ਰਿਸਕ ਹੈ ਤੁਹਾਨੂੰ ਯਾ ਕੈਂਸਰ ਦੇ ਕਿੰਨਾ ਰਿਸਕ ਹੈ ਮੇਰੇ ਕੋਲ 14 ਡਿਫਰੈਂਟ ਟਾਈਪ ਆਫ ਕੈਂਸਰਸ ਨੇ ਜਿਹੜੇ ਜੀਨਸ ਨੇ ਜਿਹੜੇ ਕੀ ਕੈਂਸਰ ਦਾ ਪਤਾ ਲੱਗ ਸਕਦਾ ਜਿਦਾ ਥਾਇਰੋਇਡ ਦਾ ਕੈਂਸਰ ਹੋ ਗਿਆ ਜਾਂ ਫਿਰ ਅਜਕਲ ਉਹ ਹੀ ਸਟੋਮੈਕ ਦਾ ਜਿੱਦਾਂ ਗੈਸਟ੍ਰਿਕ ਕੈਂਸਰ ਹੈ ਅਜਕਲ ਬਹੁਤ ਜ਼ਿਆਦਾ ਲੋਕਾਂ ਨੂੰ ਹੁੰਦਾ ਪਿਆ ਕੋਲਨ ਕੈਂਸਰ ਜ਼ਿਆਦਾ ਬਹੁਤ ਕਾਮਨ ਹੁੰਦਾ ਜਾ ਰਿਹਾ ਯੂਟਰਸ ਬ੍ਰੈਸਟ ਕੈਂਸਰ ਕਿੰਨਾ ਜ਼ਿਆਦਾ ਹੁੰਦਾ ਪਿਆ ਐਜੈਂਟਸ ਨੂੰ ਪ੍ਰੋਸਟੇਟ ਕੈਂਸਰ ਬਹੁਤ ਹੁੰਦਾ ਪਿਆ ਸੋ ਇਹ ਸਾਰੇ ਜਿਹੜੇ ਕੈਂਸਰ ਨੇ ਇਹਦੀ ਵੀ ਇਨਫੋਰਮੇਸ਼ਨ अर्ਲੀ ਮਿਲ ਸਕਦੀ ਹੈ ਕੀ ਜਿਹੜੀਆਂ ਹੋਰ ਵੀ ਬਿਮਾਰੀਆਂ ਜਿਹੜੀਆਂ ਕਿ ਬਹੁਤ ਲੇਟ ਪਤਾ ਲੱਗਦਾ ਜਿੱਦਾਂ ਹੁਣ ਟੋਲਰੈਂਸ ਤਾਂ ਨਹੀਂ ਪਤਾ ਲੱਗਦਾ ਇਹਦੇ ਵਿੱਚ ਪਤਾ ਲੱਗ ਜਾਂਦਾ ਜਿੱਦਾਂ ਹੁਣ ਤੁਹਾਡੇ ਸਟੋਮਿਕ ਵਿੱਚਲੀ ਸ਼ੁਰੂ ਹੀ ਹੋਇਆ ਹੈਗਾ ਕੈਂਸਰ ਜਿੱਦਾਂ ਪੋਲਿਪਸ ਬਣ ਜਾਂਦੇ ਨੇ ਅੰਦਰ ਹੈਨਾ ਕੋਲਨ ਦੇ ਵਿੱਚ ਪੋਲਿਪਸ ਬਣ ਜਾਂਦੇ ਥੋੜੇ ਥੋੜੇ ਉਹ ਕਈ ਵਾਰੀ ਕਹਿੰਦੇ ਨਹੀਂ ਨਹੀਂ ਉਹ ਡਾਕਟਰ ਡਾਕਟਰ ਕਹਿੰਦੇ ਸੀ ਥੋੜੇ ਜਿਹਾ ਸਾੜ ਦਿਓ ਜਾਂ ਉਹ ਕੱਟ ਦਿੰਦੇ ਨੇ ਤੇ ਠੀਕ ਹੋ ਗਿਆ ਪਰ ਉਹ ਕੱਟ ਨਹੀਂ ਜਾਈਂਦਾ ਨਹੀਂ ਨਹੀਂ ਉਹ ਰਹਿੰਦਾ ਹੀ ਉੱਥੇ ਤਾਂ ਇਸ ਕਰਕੇ ਉਹ ਪਹਿਲੇ ਪਤਾ ਲਗਾ ਕੇ ਉਹਦਾ ਪੂਰਾ ਟ੍ਰੀਟਮੈਂਟ ਕਰਵਾਓ ਤਾਂ ਕਿ ਉਹ ਕੈਂਸਰ ਹੋਏ ਨਾ ਇਦਾਂ ਗਲੇ ਵਿੱਚ ਵੀ ਜ ਹੁੰਦੇ ਨੇ ਇਹ ਸੈਲ ਡਿਫਰੈਂਟ ਹੁੰਦੇ ਨੇ ਔਰ ਜਿਹੜੇ ਜਿਹੜਾ ਤੁਹਾਡਾ ਉਹ ਹੈ ਸਟੋਮਿਕ ਹੈ ਉਹਦੇ ਸੈਲ ਟੋਟਲੀ ਡਿਫਰੈਂਟ ਹੁੰਦੇ ਨੇ ਕਿਉਂਕਿ ਦੇਖੋ ਸਟੋਮਿਕ ਦਾ ਐਸਿਡ ਜਿਹੜਾ ਹੈ ਉਹਦਾ ਪੀ ਐਚ ਜਿਹੜਾ ਕਹਿੰਦੇ ਨਾ ਅੰਦਰ ਦਾ ਜੈਸ ਸਿਸਟਮ ਹੈ ਉਹਦਾ 0.5 ਕੋ ਲੈ ਕੇ ਆਲਮੋਸਟ 2 ਪੀ ਐਚ ਤੱਕ ਹੁੰਦਾ ਹੈ ਇੰਨਾ ਮਤਲਬ ਸਟਰੋਂਗ ਐਸਿਡ ਹੁੰਦਾ ਹੈ ਉਹਦਾ ਠੀਕ ਹੈ ਉਹਦਾ ਇੰਨਾ ਐਸਿਡਿਕ ਹੁੰਦਾ ਔਰ ਸੈਲ ਵੀ ਉਹੋ ਜਿਹੇ ਬਣਾਏ ਹੁੰਦੇ ਨੇ ਜੇ ਦੇਖੋ ਛੋਟਾ ਜਿਹਾ ਮਟਕਾ ਹੈ ਉਹ ਜਿਹੜੇ ਐਸਿਡ ਭਰੇ ਆ ਤੇ ਅੰਦਰ ਜਿਹੜੇ ਸੈਲ ਨੇ ਉਹ ਟਾਇਲਟ ਕਰਦੇ ਨੇ ਤੇ ਸੋਚੋ ਉਹ ਹੀ ਤਜਾਬ ਦੇ ਇੱਕ ਤੁਪਕੇ ਤੁਹਾਡੇ ਬਾਹਰ ਇੱਥੇ ਪਿਆ ਹੋਏਗਾ ਉਹ ਇੱਕਦਮ ਸਾੜ ਦੇ ਦੇ ਸਕੀਨ ਨੂੰ ਲੇਕਿਨ ਦੇਖੋ ਕੁਦਰਤ ਦਾ ਕ੍ਰਿਸ਼ਮਾ ਦੇਖੋ ਹੈਨਾ ਕਿੰਨਾ ਵਧੀਆ ਬਣਾਇਆ ਅੰਦਰ ਸਿਸਟਮ ਕਿ ਤੁਹਾਡੇ ਪੂਰੇ ਸਰੀਰ ਵਿੱਚ ਇੱਕ ਮਟਕਾ ਰੱਖੇਦਾ ਪੂਰਾ ਤਜਾਬ ਦਾ ਭਰੇ ਦਾ ਔਰ ਉਹ ਮਟਕਾ ਜਿਹੜਾ ਹੈ ਉਹਦੇ ਸੈੱਲ ਜਿਹੜੇ ਅੰਦਰੋਂ ਖਰਾਬ ਨਹੀਂ ਹੁੰਦੇ ਉਹ ਉਹ ਸਪੈਸ਼ਲ ਬਣਿਆ ਹੋਇਆ ਹੈ ਸਪੈਸ਼ਲ ਬਣਿਆ ਹੈ ਔਰ ਉਹ ਉੱਥੇ ਰਹਿੰਦਾ ਹੈ ਉਹ ਸੈੱਲ ਡਿਫਰੈਂਟ ਨੇ ਲੇਕਿਨ ਜਿਹੜੇ ਫੂਡ ਪਾਈਪ ਦੇ ਸੈੱਲ ਅੰਦਰ ਵਾਲੇ ਜਿਹੜੇ ਇਹ ਡਿਫਰੈਂਟ ਸੈੱਲ ਨੇ ਲੇਕਿਨ ਉਹ ਜਿਸਲੇ ਜਿਹਨੂੰ ਐਸਿਡ ਬਣਦਾ ਹੈ ਔਰ ਉਹਨਾਂ ਨੂੰ ਬੰਦਾ ਜਿਹੜਾ ਐਸਿਡ ਜਿਹੜਾ ਸਟੋਮਿਕ ਵਾਲਾ ਜਿਹੜਾ ਮਟਕਾ ਜਿਹੜਾ ਤੁਸੀਂ ਸੋਚੋ ਭਰੇ ਦਾ ਆਏਗਾ ਉਛਲੇਗਾ ਘਟ ਲੇਕਿਨ ਇਹ ਅੱਧਾ ਹੁੰਦਾ ਹੈ ਉਹ ਉਛਲਦਾ ਜ਼ਿਆਦਾ ਹੈ ਤੇ ਉਹ ਜਿਹੜਾ ਉਛਲ ਉਛਲ ਕੇ ਐਸਿਡ ਬਣਦਾ ਜਿਨ੍ਹਾਂ ਨੂੰ ਉਹ ਫਿਰ ਗਲੇ ਦੇ ਸੈੱਲ ਖਰਾਬ ਹੋ ਜਾਂਦੇ ਨੇ ਗਲੇ ਦੇ ਸੈੱਲ ਜਿਹੜੇ ਖਰਾਬ ਹੁੰਦੇ ਨੇ ਉਹ ਇਦਾਂ ਦੇ ਸੈੱਲ ਵਿੱਚੋਂ ਫਿਰ ਇਦਾਂ ਦੇ ਸੈੱਲ ਬਣਨਾ ਸ਼ੁਰੂ ਹੋ ਜਾਂਦੇ ਨੇ ਔਰ ਫਿਰ ਤਾਂ ਇਹ ਉਹ ਫੂਡ ਸਟਕ ਹੁੰਦਾ ਇੱਥੇ ਕਹਿੰਦੇ ਨੇ ਕਿ ਰੋਟੀ ਖਾਣੇ ਸਾਰਾ ਗਲਲੇ ਚ ਫੂਡ ਸਟਕ ਹੁੰਦਾ ਸਾਨੂੰ ਗਲੇ ਚ ਰੋਟੀ ਅੰਦਰ ਨਹੀਂ ਜਾਂਦੀ ਹੈ ਕਈ ਕਹਿੰਦੇ ਉਹ ਸਾਡਾ ਉਹ ਅੰਦਰ ਬਾਹਰ ਨੂੰ ਜਾਂਦਾ ਰਹਿੰਦਾ ਫੂਡ ਤੇ ਇੱਥੇ ਗਲੇ ਚ ਪਾਣੀ ਆਂਦਾ ਰਹਿੰਦਾ ਐਸਿਡ ਆਂਦਾ ਰਹਿੰਦਾ ਹੈ ਨਾ ਬਹੁਤ ਸਾਰੇ ਪ੍ਰੋਬਲਮ ਬਹੁਤ ਸਾਰੇ ਆਪਣੇ ਲੋਕਾਂ ਨੂੰ ਬਹੁਤ ਸਾਰੀਆਂ ਨੇ ਔਰ ਮੈਂ ਬੈਨਿਫੈਲੋਜੀ ਕਹਿੰਦੀ ਆ ਸਾਰਿਆਂ ਨੂੰ ਯਾਨੀ ਕਿ ਜ਼ਰੂਰ ਆਪਣੇ ਟੈਸਟ ਕਰਵਾਓ ਤਾਂ ਕਿ ਪਹਿਲੇ ਪਤਾ ਲੱਗ ਜਾਏ ਤਾਂ ਕਿ ਇੰਨੀ ਵੱਡੀ ਵੱਡੀਆਂ ਖਤਰਨਾਕ ਬਿਮਾਰੀਆਂ ਜਿਹੜੀ ਆ ਉਹਦੇ ਕੋਲ ਤੁਸੀਂ ਬਚੋ ਬੈਰੀ ਇਨਫੋਰਮੇਟਿਵ ਔਰ ਮੇਰਾ ਜਿਹੜਾ ਪ੍ਰिवेंशन ਦਾ ਹੀ ਕੰਮ ਹੈ ਕਿ ਆਪਣੇ ਜਿਹੜੀ ਕਮਿਊਨਿਟੀ ਆਪਣੇ ਲੋਕੀ ਜਿਹੜੇ ਬਿਮਾਰ ਨਾ ਹੋਣ ਤੰਦਰੁਸਤ ਰਹਿਣ ਸਿਹਤਮੰਦ ਰਹਿਣ ਅੱਛਾ ਹੁਣ ਆਪਾਂ ਫੇਰ ਉਸੇ ਟੌਪਿਕ ਤੇ ਆਈਏ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਠੀਕ ਹੈ ਤੁਸੀਂ ਕੁਝ ਖਾਦਾ ਤੁਹਾਨੂੰ ਉਹਦੇ ਨਾਲ ਫਰੇਮਾ ਹੋ ਗਿਆ ਬਲੋਟਿੰਗ ਹੋਣੀ ਸ਼ੁਰੂ ਹੋ ਗਈ ਜੀ ਪਰ ਕਈ ਵਾਰੀ ਦੂਸਰੀ ਵਾਰੀ ਖਾਣੇ ਆਸੀਂ ਠੀਕ ਠਾਕ ਰਹਿੰਨੇ ਆ ਜੀ ਫੇਰ ਖਾਣ ਲੱਗੇ ਫੇਰ ਕਈ ਵਾਰੀ ਕੰਟੀਨਿਊ ਫੇਰ ਬੰਦਾ ਸੋਚਦਾ ਚਲ ਆਹ ਛੱਡ ਦਿੰਨੇ ਆ ਹੂੰ ਫੇਰ ਹੌਲੀ ਹੌਲੀ ਕਿਸੇ ਹੋਰ ਚੀਜ਼ ਤੋਂ ਹੋਣ ਲੱਗ ਜਾਂਦਾ ਹੌ ਕਈ ਲੋਕ ਨੇ ਉਹ ਸਵੇਰੇ ਉੱਠਣ ਸਾਰੀ ਕਹਿਣਗੇ ਯਾਰ ਮੇਰੇ ਤਾਂ ਇਦਾਂ ਵਾ ਖਾਦਾ ਵੀ ਕੁਛ ਨਹੀਂ ਅਫਰੇਮਾ ਜਾ ਹੋ ਗਿਆ ਹਾਂਜੀ ਇਹਦਾ ਮਤਲਬ ਉਹ ਬਿਮਾਰੀ ਹੱਦੋਂ ਵੱਧ ਚੁੱਕੀ ਹੈ ਜੀ ਇਸ ਤਰ੍ਹਾਂ ਹੁੰਦਾ ਕਿ ਸ਼ੁਰੂ-ਸ਼ੁਰੂ ਵਿੱਚ ਇੱਕ ਤੇ ਸਾਡੀ ਮੈਂ ਕਹੂੰਗੀ ਕਿ ਸਾਡੀ ਜੇ ਕੁਦਰਤ ਨੇ ਜਿਹੜਾ ਸਰੀਰ ਬਣਾਇਆ ਦੇ ਵਿੱਚ ਟਾਇਲਟ ਕੈਪੈਸਿਟੀ ਬੜੀ ਬਣਾਈ ਹੈ ਜੀ ਟਾਇਲਟ ਕੈਪੈਸਿਟੀ ਹੈ ਕਿ ਜਿਸਲੇ ਸ਼ੁਰੂ-ਸ਼ੁਰੂ ਚ ਪ੍ਰੋਬਲਮਸ ਹੁੰਦੀਆਂ ਨੇ ਤੇ ਬਾਡੀ ਆਪੇ ਚ ਐਡਜਸਟ ਕਰ ਲੈਂਦੀ ਹੈ ਕੋਸ਼ਿਸ਼ ਕਰਦੀ ਕਿ ਚੀਜ਼ਾਂ ਕੁਛ ਇੱਧਰ-ਉੱਧਰ ਕੱਢ ਕੇ ਨਾ ਤੇ ਉਹਨੂੰ ਸਟੀਮਲਾਈਜ਼ ਕਰਕੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕੁਝ ਜਿੱਦਾਂ ਹੀ ਜਿੱਦਾਂ ਪਹਿਲੇ ਦੋ ਦੋ ਤਿੰਨ ਤਿੰਨ ਹਾਂ ਕੁਝ ਨਹੀਂ ਕਹਿੰਦੇ ਕੁਝ ਨਹੀਂ ਆਪੀ ਲਿਆ ਕੁਝ ਨਹੀਂ ਉਹ ਫਿਰ ਸਾਰੀ ਹਾਲਤ ਬਣ ਗਈ ਸੀ ਮੈਂ ਤੇ ਪੀਤੀ ਸੀ ਇੰਨੀ ਬੜੀ ਦੋ ਪੈਗ ਲਾਇਆ ਮੇਂ ਕੁਝ ਨਹੀਂ ਆ ਚਾਰ ਪੈਗ ਲਿਆ ਕੁਝ ਨਹੀਂ ਹੋਇਆ ਬਾਅਦ ਵਿੱਚ ਫਿਰ ਦੇਖੋ ਅੱਧਾ ਪੈਗ ਹੀ ਲਾਂਦੇ ਤੇ ਕਹਿੰਦੇ ਉਹ ਸਾਨੂੰ ਇੰਨੀ ਤਕਲੀਫ ਹੋ ਗਈ ਲੀਵਰ ਜਵਾਬ ਦੇ ਗਿਆ ਹਾਂ ਲੀਵਰ ਜਵਾਬ ਹੋ ਗਿਆ ਲੀਵਰ ਸਿਰੋਸੇ ਹੋ ਉਹ ਕਿਉਂਕਿ ਟਾਇਲਟ ਕੈਪੈਸਟੀ ਘਟ ਜਾਂਦੀ ਹੈ ਦੂਸਰਾ ਇਹ ਹੈ ਕਿ ਜਿਹੜੇ ਸ਼ੁਰੂ ਸ਼ੁਰੂ ਵਿੱਚ ਕੀ ਹੁੰਦਾ ਕਿ ਸਾਡਾ ਲੀਵਰ ਜਿਹੜਾ ਇੱਕ ਸਪੰਜ ਦਾ ਕੰਮ ਕਰਦਾ ਹੈ ਜਿਸ ਲਈ ਵੀ ਤੁਸੀਂ ਕੋਈ ਚੀਜ਼ ਖਾਧੀ ਹੈ ਨਾ ਤੇ ਲੀਵਰ ਦਾ ਕੰਮ ਹੈ ਫਿਲਟਰ ਕਰਨਾ ਫਿਲਟਰ ਕਰਕੇ ਤੇ ਉਹ ਮੈਂ ਡਿਟੇਲ ਚੀਜ਼ ਦੱਸਾਂ ਕਿ ਜੇ ਕੁਝ ਖਾਦੋ ਚ ਬੈਕਟੀਰੀਆ ਵੀ ਹੁੰਦੇ ਵਾਇਰਸਿਸ ਵੀ ਹੁੰਦੇ ਜਿਸ ਤਰ੍ਹਾਂ ਨੋਰਵੇਜ ਲੋਕ ਇੰਨਾ ਮੀਟ ਖਾਂਦੇ ਨੇ ਤੇ ਜਿਹੜਾ ਜਾਨਵਰ ਹੈ ਉਹਦੇ ਵੀ ਦੇਖਿਆ ਹੋਵੇਗਾ ਤੁਸੀਂ ਕਿੰਨੇ ਉਹਦੇ ਜਰਾ ਸੀਮ ਹੁੰਦੇ ਨੇ ਉਹਨੇ ਨਿਊਜ਼ ਵਿੱਚ ਆਂਦਾ ਪਿਆ ਸੀ ਯੂਐਸ ਵਿੱਚ ਜਿਹੜਾ ਚਿਕਨ ਜਿਹੜੇ ਗਰਮੀ ਨਾਲ ਕਿੰਨੇ ਲੋਕ ਚਿਕਨ ਮਰ ਗਏ ਉਹਨਾਂ ਦੇ ਲਿਸਟੇਰੀਆ ਜਿਹੜਾ ਬੈਕਟੀਰੀਆ ਇੰਨਾ ਜ਼ਿਆਦਾ ਹੋ ਗਿਆ ਕਿ ਉਹਨਾਂ ਨੇ ਬਣਾ ਕੀਤਾ ਕਿ ਰੈਸਟੋਰੈਂਟਾਂ ਚ ਤੁਸੀਂ ਖਾਣਾ ਨਹੀਂ ਖਾਓ ਦੇ ਡੇਟਾ ਵੀ ਦਸੀਆ ਕਿ ਇੰਨੇ ਕੋਲ ਸ਼ਾਇਦ ਜੂਨ ਵੈ ਦਾ ਪੂਰਾ ਮੰਥ ਹੀ ਦੱਸਿਆ ਕਿ ਉਹ ਚ ਹੋ ਗਿਆ ਸੀ ਤੇ ਲਿਸਟੇਰੀਆ ਤੇ ਕਾਫੀ ਸਾਰਾ ਫੈਲ ਚੁਕਿਆ ਰੈਸਟੋਰੈਂਟ ਗਏ ਬੰਦ ਕਰਦੇ ਡੋਨਟ ਸੇਲ ਦੋਸ ਪ੍ਰੋਡਕਟਸ ਪਰ ਕਈ ਜਿਹੜੇ ਨੇ ਉਹ ਵੇਚਦੇ ਵੀ ਹਨੇ ਉਹ ਖਾਂਦੇ ਵੀ ਹਨੇ ਸੋ ਉਹ ਖਾਣੇ ਜਿਹੜੇ ਸਾਰੇ ਜਿਹੜੇ ਤੁਹਾਡੇ ਖਾਦੇ ਜਾਂਦੇ ਨੇ ਮੂੰਹ ਰਾ ਅੰਦਰ ਜਾਂਦੇ ਨੇ ਲੀਵਰ ਕੀ ਕਰਦਾ ਫਿਰ ਉਹ ਚੀਜ਼ਾਂ ਫਿਲਟਰ ਕਰਨਾ ਚਾਹੁੰਦਾ ਕਿ ਕਿ ਉਹ ਨਹੀਂ ਚੰਦੇ ਕੀ ਇਹ ਖਰਾਬ ਚੀਜ਼ਾਂ ਤੁਹਾਡੇ ਅੰਦਰ ਜਾ ਕੇ ਤੁਹਾਡੇ ਡੈਮੇਜ ਕਰਨ ਅੰਦਰ ਦੇ ਆਰਗਨ ਨੂੰ ਸੋ ਲੀਵਰ ਫਿਲਟਰ ਕਰਦਾ ਹੈ ਅੰਦਰ ਜਾ ਕੇ ਫਿਰ ਜਿਹੜਾ ਸਟੋਮਿਕ ਜਿਹੜਾ ਹੈ ਉਹਨੇ ਡਾਈਜੈਸਟ ਕਰਨਾ ਹੁੰਦਾ ਹੈ ਲੇਕਿਨ ਉਹ ਲੋਕੀ ਜਿਨ੍ਹਾਂ ਦਾ ਸਟੋਮਿਕ ਵਿੱਚ ਐਸਿਡ ਘੱਟ ਹੁੰਦਾ ਥੋੜਾ ਹੁੰਦਾ ਜਿਆਦਾ ਨਹੀਂ ਹੁੰਦਾ ਉਹ ਚੀਜ਼ਾਂ ਜਿਹੜੀਆਂ ਭਾਰੀਆਂ ਹੈਵੀ ਨੇ ਉਹ ਡਾਈਜੈਸਟ ਨਹੀਂ ਕਰ ਸਕਦੀਆਂ ਜਿਸੇ ਉਹ ਨਹੀਂ ਅਨਡਾਈਜੈਸਟਡ ਫੂਡ ਜਿਹੜਾ ਉਹ ਥੱਲੇ ਚਲਾ ਜਾਂਦਾ ਤੇ ਜਿਹੜੀ ਸਮਾਲ ਇੰਟੈਸਟਾਈਨ ਹੁੰਦੀ ਹੈ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਬੈਕਟੀਰੀਆ ਜਿਹੜੇ ਨੇ ਉਹ ਗਰੋ ਕਰਦੇ ਨੇ স্মਲ ਇੰਟੈਸਟਾਈਨਟ ਤੇ ਜਿਹੜੇ ਲਾਰਜ ਇੰਟਰ ਉਹਨਾਂ ਦਾ ਕੰਮ ਹੀ ਹੈ ਕਿ ਕੋਈ ਵੀ ਚੀਜ਼ ਆ ਉਹਨੂੰ ਡਾਈਜੈਸਟ ਕਰਨਾ ਫਰਮੈਂਟ ਫਰਮੈਂਟੇਸ਼ਨ ਜ਼ਿਆਦਾ ਹੁੰਦੀ ਹੈ ਤੇ ਇੱਕ ਸਿਬੋ ਕਹਿੰਦੇ স্মਲ ਇੰਟੈਸਟਾਈਨਟ ਬੈਕਟੀਰੀਅਲ ਓਵਰ ਗਰੋਥ ਇਹ ਜਿਹੜੀ ਬਲੋਟਿੰਗ ਜਿਹੜੀ ਅਸੀਂ ਕਹਿੰਦੇ ਬਾਰ-ਬਾਰ ਜਿਹੜਾ ਪੇਟ ਫੁੱਲਿਆ ਰਹਿੰਦਾ ਹੈ ਜਿ ਫੁੱਲ ਜਾਂਦਾ ਇਹ ਬਹੁਤ ਹੀ ਅ ਅੱਜਕੱਲ ਜੀ ਕਾਮਨ ਹੈ ਸਿਬੋ ਕਿ ਉਹ ਬੈਕਟੀਰੀਆ ਜਿਹੜੇ ਨੇ ਲਾਰਜ ਇੰਟੈਸਟਾਈਨ ਚ ਹੋਣੇ ਚਾਹੀਦੇ ਜਾਂ ਉਧਰ ਉਧਰ ਨਹੀਂ ਹੋਣੇ ਚਾਹੀਦੇ ਸਮਾਲ ਇੰਟੈਸਟਾਈਨ ਚ ਜਾਂਦੇ ਹੀ ਉਹ ਇਕਦਮ ਫਰਮੈਂਟਡ ਹੋ ਜਾਂਦੇ ਨੇ ਫੁੱਲ ਜਾਂਦੇ ਨੇ ਤੇ ਉਹ ਉਹ ਫਿਰ ਨਿਕਲਦੇ ਨਹੀਂ ਐਨ ਉਹ ਉੱਥੇ ਰਹਿੰਦੇ ਨੇ ਉਹ ਫਿਰ ਪ੍ਰੋਬਲਮ ਕ੍ਰੀਏਟ ਕਰਦੇ ਰਹਿੰਦੇ ਨੇ ਫਿਰ ਖਾਣਾ ਹਜਮ ਨਹੀਂ ਹੁੰਦਾ ਉਹ ਫਿਰ ਕੋਲਨ ਚ ਜਿਹੜੇ ਜਾਂਦੇ ਨੇ ਕੋਲਨ ਵਾਲਿਆਂ ਨੂੰ ਵੀ ਜਿਆਦਾ ਓਵਰ ਵਰਕ ਕਰਨਾ ਪੈਂਦਾ ਸੋ ਅਸੀਂ ਸੋਚਦੇ ਨੇ ਕਿ ਸਵਾਦ ਲਈ ਇੱਕ ਵਾਰੀ ਮੂੰਹ ਚ ਪਾ ਲਿਆ ਪਰ ਵੀ ਡੋਨਟ ਅੰਡਰਸਟੈਂਡ ਕਿ ਸਾਡੇ ਅੰਦਰ ਦਾ ਜੈਸ ਸਿਸਟਮ ਹੈ ਮਸ਼ੀਨਰੀ ਹੈ ਇਹਨੂੰ ਤੁਹਾਨੂੰ ਓਵਰ ਵਰਕ ਕਰ ਕਰਕੇ ਉਹ ਬੇਚਾਰੀ ਥੱਕ ਜਾਂਦੀ ਹੈ ਅਸੀਂ ਉਹਦਾ ਵੀ ਧਿਆਨ ਰੱਖੀਏ ਅੱਛਾ ਹੁਣ ਡਾਕਟਰ ਡੋਗਰਾ ਇਹ ਦੱਸੋ ਮੰਨ ਲਓ ਕਿਸੇ ਨੂੰ ਬਲੋਟਿੰਗ ਦੇ ਲੱਛਣ ਨੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਜਾਂ ਫਰੇਮਾ ਕਹਿ ਦਈਏ ਜੀ ਇਹ ਤੋਂ ਬਚਿਆ ਕਿਵੇਂ ਜਾਵੇ ਜੀ ਬਿਲਕੁਲ ਬਚਨੇ ਦਾ ਇਹ ਹੈ ਕਿ ਇੱਕ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਖਾਣੇ ਤੋਂ ਸਾਨੂੰ ਖਰਾਬ ਕਰਦੇ ਪਏ ਨੇ ਇੱਕ ਮੈਂ ਤੁਹਾਨੂੰ ਇਹ ਦੱਸਾਂ ਕਿ ਇੱਕ ਬਹੁਤ ਕਾਮਨ ਟਰਮ ਯੂਜ਼ ਕੀਤੀ ਜਾਂਦੀ ਹੈ ਜਿਹਨੂੰ ਕਹਿੰਦੇ ਫੋਰਡ ਮੈਪ ਫੋਰਡ ਮੈਪ ਮਤਲਬ ਐਫ ਓ ਡੀ ਐਮ ਏ ਪੀ ਫੋਰਡ ਮੈਪ ਉਹਦੇ ਵਿੱਚ ਹੁੰਦਾ ਹੈ ਕਿ ਫਰਮੈਂਟਡ 올ਿਗੋਸੈਕਰਾਈਡ ਕਹਿੰਦੇ ਨੇ ਡਾਈਸੈਕਰਾਈਡ ਮੋਨੋਸੈਕਰਾਈਡਸ ਜਿਹੜੇ ਹੁੰਦੇ ਨੇ ਇਹ ਪੋਲੀਓਲਸ ਕਹਿੰਦੇ ਜਿਹੜੇ ਕਿ 슈ਗਰ ਬੰਦੇ ਕਿਉਂਕਿ ਜਿਹੜੀ ਫਰਮੈਂਟਡ ਹੁੰਦੀ ਹੈ 슈ਗਰ ਦੀ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਉਹਨਾਂ ਵਿੱਚ ਜਿਹੜੀ ਫਾਰਮੈਪ ਵਿੱਚ ਹੁੰਦਾ ਕਿ ਹਾਈ ਫਾਰਮੈਪ ਵਿੱਚ ਚੀਜ਼ਾਂ ਆਉਂਦੀਆਂ ਨੇ ਮੋਸਟਲੀ ਮੋਸਟਲੀ ਡੇਰੀ ਪ੍ਰੋਡਕਟਸ ਆਉਂਦੇ ਨੇ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਜਿਹੜੀ ਬਹੁਤ ਜ਼ਿਆਦਾ ਲੈਂਦੀ ਹੈ ਹੈਨਾ ਜਿੱਦਾਂ ਮੱਖਣ ਹੈ ਘਿਓ ਹੈ ਲੱਸੀ ਹੈ ਦਹੀਂ ਖਾਸ ਕਰ ਕਿ ਬਹੁਤ ਸਾਰੇ ਕੀ ਕਹਿੰਦੇ ਦਹੀਂ ਉਹ ਹੈਲਦੀ ਹੁੰਦਾ ਪਰ ਨਹੀਂ ਇਹਦੇ ਵਿੱਚ ਜਿਹੜਾ ਕਿ ਦਹੀਂ ਵੀ ਜ਼ਿਆਦਾ ਹੁੰਦਾ ਖਾਸ ਕਰ ਉਹਨਾਂ ਵਾਸਤੇ ਜਿਨ੍ਹਾਂ ਨੂੰ ਲੈਕਟੋਸ ਇਨਟੋਲਰੈਂਸ ਹੁੰਦੀ ਹੈ ਉਹਨਾਂ ਵਾਸਤੇ ਬਹੁਤ ਜ਼ਿਆਦਾ ਫਰੇਮਾਂ ਬਲੋਟਿੰਗ ਹੋ ਜਾਂਦੀ ਹੈ ਔਰ ਇਹਦੇ ਵਿੱਚ ਚੀਜ਼ ਜਿਹੜੇ ਪ੍ਰੋਸੈਸ ਚੀਜ਼ ਨਹੀਂ ਹੁੰਦੇ ਜਿਹੜੇ ਉਹ ਵਿੱਚ ਆ ਜਾਂਦੇ ਨੇ ਤੇ ਇਹ ਫਾਰਮੈਪਿਕ ਬਹੁਤ ਹੀ ਕਾਮਨ ਟਰਮ ਯੂਜ਼ ਕੀਤੀ ਜਾਂਦੀ ਹੈ ਕਿ ਜਿਹੜੇ ਵਾਸਤੇ ਕਿ ਡੇਰੀ ਪ੍ਰੋਡਕਟਸ ਹੈ ਨੇ ਦੂਸਰਾ ਹੈ ਕਿ ਜਿਹੜੇ ਕੈਬੇਜ ਜਿਹੜੇ ਸਬਜ਼ੀਆਂ ਦੀ ਗੱਲ ਕਰੀ ਕੈਬੇਜ ਬਰੋਕਲੀ ਹੈ ਨਾ ਇਹ ਜਾਂ ਫਿਰ ਐਪਲ ਯਾ ਇਵਨ ਕਿ ਐਪਲ ਜੂਸ ਜਿਹੜਾ ਹੈ ਅਸੀਂ ਸੋਚਦੇ ਹਾਂ ਕਿ ਹੈਲਦੀ ਨੇ ਲੇਕਿਨ ਇਹ ਫਿਰ ਅੰਦਰ ਜਾ ਕੇ ਫਰਮੈਂਟੇਸ਼ਨ ਕਰਦੇ ਨੇ ਬਹੁਤ ਸਾਰੇ ਕਹਿੰਦੇ ਨੇ ਕਿ ਅਸੀਂ ਫਰੂਟ ਵੀ ਖਾਂਦੇ ਆ ਤਾਂ ਵੀ ਸਾਨੂੰ ਪੇਟ ਫੁੱਲ ਜਾਂਦਾ ਹਾਂ ਉਹ ਆਪਣੀ ਜਾਣ ਚੰਗਾ ਫੂਡ ਖਾਣ ਦੀ ਕੋਸ਼ਿਸ਼ ਕਰਦੇ ਹਾਂਜੀ ਤੇ ਉਹਦੇ ਵਾਸਤੇ ਜਿਸ ਤਰ੍ਹਾਂ ਤੁਸੀਂ ਕਿਹਾ ਬਚਿਆ ਕਿਦਾਂ ਜਾ ਕੇ ਇਹ ਜਿਹੜੇ ਖਾਣੇ ਤੁਸੀਂ ਘਟਾਓ ਔਰ ਜਿਸ ਤਰ੍ਹਾਂ ਟੈਸਟ ਕਰਾਓਗੇ ਤਾਂ ਤੁਹਾਡੇ ਆਪਣੇ ਪਰਸਨਲ ਲੈਵਲ 'ਚ ਪਤਾ ਲੱਗੇਗਾ ਕਿ ਇਹ ਖਾਣੇ ਮੈਨੂੰ ਖਰਾਬ ਲੱਗਦੇ ਪਏ ਨੇ ਉਹ ਖਾਣੇ ਤੁਸੀਂ ਅਵੋਇਡ ਕਰੋ ਪਰਮਨੈਂਟ 100% ਹਮੇਸ਼ਾ ਵਾਸਤੇ ਨਹੀਂ ਲੇਕਿਨ ਕੁਝ ਪੀਰੀਅਡ ਵਾਸਤੇ ਤਾਕੀ ਤੁਹਾਡੇ ਅੰਦਰ ਦਾ ਸਿਸਟਮ ਜਦੋਂ ਅਸੀਂ ਠੀਕ ਕਰਾਂਗੇ ਜਾਂ ਅੰਦਰ ਦਾ ਸਿਸਟਮ ਸੈੱਟ ਕਰਾਂਗੇ ਫਿਰ ਤੁਸੀਂ ਦੁਬਾਰਾ ਖਾ ਸਕਦੇ ਹੋ ਲੇਕਿਨ ਕੁਝ ਦਿਨ ਲਈ ਜਿਸ ਤਰ੍ਹਾਂ 4 ਮਹੀਨੇ ਜਾਂ 6 ਮਹੀਨੇ ਲਈ ਉਹ ਫੂਡ ਤੁਹਾਨੂੰ ਅਵਾਇਡ ਕਰਨੇ ਹੀ ਪੈਣੇ ਨੇ ਇਹ ਖਾਸ ਕਰ ਕੈਬੇਜ ਜਾਂ ਮੈਂ ਗੱਲ ਕੀਤੀ ਹੈ ਜਾਂ ਬਰੋਕਲੀ ਹੋ ਗਈ ਇਹਨਾਂ ਨੂੰ ਕਦੇ ਵੀ ਕੱਚੇ ਨਹੀਂ ਖਾਣਾ ਕਿਉਂਕਿ ਕੱਚੇ ਖਾਓਗੇ ਤਾਂ ਅੰਦਰ ਗੈਸ ਬਣਾਣਗੇ ਬੀਨਸ ਜਿਹੜੇ ਨੇ ਬੀਨਸ ਵੀ ਬਹੁਤ ਫਰਮੈਂਟ ਕਰਦੇ ਨੇ ਤੇ ਉਹਨਾਂ ਵਾਸਤੇ ਵੀ ਤੁਸੀਂ ਕੀ ਹੁੰਦਾ ਕਿ ਪਾਣੀ ਚ ਬੋਇਲ ਕਰਕੇ ਕੁਝ ਦੇਰ ਤੋਂ ਜਦ ਪਹਿਲਾ ਪਾਣੀ ਨਿਕਲਦਾ ਤੁਸੀਂ ਦੇਖੋ ਬੜੀ ਝੱਗ ਝੱਗ ਨਿਕਲਦੀ ਹੈ ਜਿਸ ਨੇ ਤੁਸੀਂ ਬੀਨਸ ਹੁੰਦੇ ਨਾ ਜਿਹੜੇ ਤੁਸੀਂ ਰੋਂਗੀ ਹੋ ਗਈ ਜਾਂ ਰਾਜਮਾ ਨੇ ਜਾਂ ਫਿਰ ਚਿੱਟੇ ਚਨੇ ਜਿਹੜੇ ਨੇ ਤੁਸੀਂ ਦੇਖਿਆ ਜਦ ਗਰਮ ਕਰਦੇ ਹੋ ਤੇ ਝੱਗ ਬਹੁਤ ਨਿਕਲਦੀ ਮੈਂ ਕਿਤੇ ਕੀਤੇ ਨਹੀਂ ਵਾਲੇ ਐਸੀ ਹਰਦੇ ਰਹਿਣ ਲੇਨਿਸ ਕਰਦੇ ਨੇ ਨਹੀਂ ਤੁਸੀਂ ਕਰਦੇ ਨਾ ਤੁਸੀਂ ਦਸਰਾਂ ਲਈ ਜਾਂਦੇ ਟੀਵੀ 'ਚ ਨਹੀਂ ਉਹ ਫਿਰ ਹੁੰਦੀ ਕਿ ਪਹਿਲੇ 15 ਮਿੰਟ ਜਿਹੜਾ ਪਾਣੀ ਗਰਮ ਵਿੱਚ ਤੁਸੀਂ ਰੱਖ ਕੇ ਨਾ ਉਹਨੂੰ ਪਹਿਲੇ ਪਾਣੀ ਡਰੇਨ ਆਊਟ ਕਰ ਦਿਓ ਝੱਗ ਨਿਕਲ ਜਾਂਦੀ ਫਿਰ ਤੁਸੀਂ ਯੂਜ਼ ਕਰ ਸਕਦੇ ਹੋ ਸੇਮ ਜਿਹੜੇ ਇਹ ਚੀਜ਼ਾਂ ਮੈਂ ਮੈਂਸ਼ਨ ਕੀਤੀਆਂ ਸਬਜ਼ੀਆਂ ਵੀ ਤੁਸੀਂ ਸਟੀਮ ਕਰਕੇ ਖਾਓ ਜਾਂ ਥੋੜੀ ਗਰਮ ਪਾਣੀ ਜੋ ਕੱਢ ਲਓ ਕੱਚੀਆਂ ਨਾ ਖਾਓ ਬਾਕੀ ਜਿਹੜੇ ਅਗਰ ਖਾ ਸਕਦੇ ਹੋ ਖਾਣੇ ਵਿੱਚ ਜਿਹੜੇ ਤੁਸੀਂ ਅੱਛੇ ਫੂਡ ਜਿਹੜੇ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਕੀ ਕਰ ਸਕਦੇ ਨੇ ਕੈਰਟਸ ਖਾ ਸਕਦੇ ਨੇ ਜਾਂ ਫਿਰ 베ਰੀਜ਼ ਇਹ ਜਿਹੜੇ ਬਲੂ ਬੈਰੀਜ਼ ਬਲੈਕ ਬੈਰੀਜ਼ ਸਟਰਾਬਰੀਜ਼ ਇਹ ਖਾ ਸਕਦੇ ਨੇ ਜਾਂ ਫਿਰ ਬਾਕੀ ਬਨਾਣਾ ਜਿਹੜਾ ਉਹ ਵੀ ਅੱਛਾ ਬਨਾਣਾ ਖਾ ਲੋ ਜਾਂ ਫਿਰ ਵਮੈਲਨਸ ਵਗੈਰਾ ਔਰ ਅਜ ਕੱਲ ਚੈਰੀਜ਼ ਚੱਲ ਰਹੀਆਂ ਨੇ ਸੋ ਇਹੋ ਜਿਹੇ ਫਰੂਟ ਤੁਸੀਂ ਖਾਓਗੇ ਜਿਹੜੇ ਫਰਮੈਂਟਡ ਘੱਟ ਹੁੰਦੇ ਨੇ ਤੇ ਉਹ ਠੀਕ ਹੈ ਲੇਕਿਨ ਕੰਬੀਨੇਸ਼ਨ ਜਿਹੜੇ ਖਾਣੇ ਨੇ ਸੀ ਪ੍ਰੋਟੀਨ ਜਿਦਾ 버ਗਰ ਖਾ ਲਿਆ ਬ੍ਰੈਡ ਵੀ ਹੋ ਗਈ ਫਰਮੈਂਟਡ ਜਿਹੜਾ 버ਗਰ ਜਿਹੜਾ ਹੁੰਦਾ ਨਾ ਕੋਕ ਵੀ ਪੀ ਲੈਣਾ ਪੀਜ਼ਾ ਵੀ ਲੈ ਲੈਣਾ ਨਾਲ ਕੋਕ ਵੀ ਲੈ ਲੈਣਾ ਹਾਂਜੀ ਪੀਜ਼ਾ ਤੇ ਪੀਜ਼ੇ ਦੇ ਉੱਤੇ ਚੀਜ਼ ਜਿਹੜਾ ਹੁੰਦਾ ਇਹ ਫਿਰ ਬੈਡ ਕੰਬੀਨੇਸ਼ਨ ਹੋ ਗਿਆ ਇਹ ਖਰਾਬ ਲੱਗਿਆ ਉਹਦੇ ਨਾਲ ਤੁਸੀਂ ਸਪਰਾਈਟ ਲੈ ਲਿਆ ਜਾਂ ਕੋਕ ਲੈ ਲਿਆ ਉਹ ਫਿਰ ਅੰਦਰ ਜਾ ਕੇ ਗੈਸ ਬੰਦਾ ਹੈ ਐਗਜ਼ਾਮਪਲ ਦੇਖੋ ਤੁਸੀਂ ਜਿਸ ਤਰ੍ਹਾਂ ਇਹ ਵਾਲੀ ਕੋਕ ਮੈਨੂੰ ਸਮਝ ਨਹੀਂ ਆਈ ਕਾਰਾਂ ਜਗ੍ਹਾ ਗੈਸ ਪਵਾਉਨੇ ਆਪਾਂ ਇਧਰ ਤੁਸੀਂ ਰੋਕੀ ਜਾਂਦੇ ਹੋ ਹਾਂਜੀ ਹਾਂਜੀ ਕਾਰਾਂ ਦੀ ਗੈਸ ਕਾਰ ਵਸ ਕਿੰਨੀ ਚੱਲਦੀ ਆ ਦੇਖੋ ਕਾਰ ਉਹ ਫਿਊਲ ਹੈ ਸਾਡੇ ਵਾਸਤੇ ਜਿਹੜੀ ਗੈਸ ਹੈ ਉਹ ਹੈ ਕਿ ਹੈਲਦੀ ਡਾਈਟ ਜਿਹੜੀ ਹੈ ਗੁੱਡ ਪ੍ਰੋਟੀਨਸ ਜਿਹੜੀ ਹੁੰਦੇ ਨੇ ਅੱਛੇ ਪ੍ਰੋਟੀਨ ਜਿਹੜੇ ਨੇ ਜਿੱਦਾਂ ਔਰ ਅੱਛਾ ਦੂਜੀ ਗੱਲ ਜਿਹੜੀ ਮੇਰੇ ਅਗੇ ਕਲਕ ਦੀ ਅਲਰਜੀ ਵੀਟ ਗਲੂਟਨ ਦੀ ਅਲਰਜੀ ਬਹੁਤ ਜ਼ਿਆਦਾ ਆਪਣੇ ਲੋਕਾਂ ਨੂੰ ਉਹਨਾਂ ਦੀ ਸੋ ਆਪਾ ਪਾਕਿਸਤਾਨ ਇਸ ਮਸਲੇ ਤੇ ਗੱਲ ਕਰਾਂਗੇ ਸਮਾਪਤ ਹੋ ਗਿਆ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਸੀਂ ਸਮਾਂ ਕੱਢ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦੋਸਤੋ ਇਸ ਹਨ ਡਾਕਟਰ ਨਿਸ਼ਾ ਡੋਗਰਾ ਐਡਵਾਂਸ ਜੀਨੋਮਿਕਸ ਤੋਂ ਜੇਕਰ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਡਿਸਪਲੇ ਕਿਤੇ ਜਾ ਰਹੇ ਨੇ ਤੁਸੀਂ ਇਹਨਾਂ ਦੀ ਵੈਬਸਾਈਟ ਵਿਜ਼ਿ ਉੱਥੋਂ ਵਧੇਰੇ ਜਾਣਕਾਰੀ ਲਈ ਜਾ ਸਕਦੀ ਹੈ ਇਹਨਾਂ ਦਾ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ ਉਮੀਦ ਹੈ ਕਿ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜਾਣਕਾਰੀ ਭਰਪੂਰ ਲੱਗਿਆ ਹੋਵੇਗਾ ਜੇ ਚੰਗਾ ਲੱਗਿਆ ਜਿੱਥੇ ਤੁਸੀਂ ਖੁਦ ਦੇਖਿਆ ਕੋਸ਼ਿਸ਼ ਕਰਿਓ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਏ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੇ ਧੰਨਵਾਦੀ ਹੋਵਾਂਗੇ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ